ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾੜ। ਇਹ ਹੁਣ ਇੱਕ ਪਹਿਲਾਂ ਦ੍ਰਿਸ਼ਟਾਂਤ ਦੇਣਾ ਖੇਤੀਬਾੜੀ ਵਾਲਿਆਂ ਨੂੰ। ਜਿਸ ਵੇਲੇ ਕਹਿੰਦੇ ਖੇਤ ਪੱਕਦਾ ਤਾਂ ਕੱਟਿਆ ਜਾਂਦਾ, ਪਿੱਛੋਂ ਵਾੜ ਜਿਹੜੀ ਆ ਖਾਲੀ ਰਹਿ ਜਾਂਦੀ ਹੈ, ਵਾੜ ਹੀ ਵਾੜ ਖੜੀ ਰਹਿ ਜਾਂਦੀ ਖੇਤ ਦੇ ਦੁਆਲੇ। ਸਣ ਕੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ। ਕਣਕ ਆਦਿਕ ਸਿੱਟਿਆਂ ਉੱਤੇ ਜੋ ਤਿੱਖੇ ਤਿੱਖੇ ਲੰਬੇ ਲੰਬੇ ਵਾਲ ਹੁੰਦੇ ਨੇ ਉਹਨਾਂ ਨੂੰ ਕਿਸਾਰ ਕਹਿੰਦੇ ਨੇ। ਉਹਨਾਂ ਕਿਸਾਰਾਂ ਦੇ ਸਣ ਸਹਿਤ ਹੀ ਅਨਾਜ ਚਿੱਥਿਆ ਜਾਂਦਾ। ਉਸ ਸਿੱਟੇ ਦੇ ਤਨ ਤੋਂ ਭਾਵ ਨਾਲੋਂ ਕਣਕ ਕਣਕ ਨੂੰ ਝਾੜ ਲੈਂਦੇ ਨੇ। ਫਿਰ ਉਸ ਤੋਂ ਬਾਅਦ ਉਹ ਕਣਕ ਦਾ ਕੀ ਹੁੰਦਾ ਜੀ? ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿੱਠ। ਚੱਕੀ ਦੇ ਦੋ ਪੁੜ ਜੋੜ ਕੇ ਦਾਣਿਆਂ ਦੇ ਪੀਣ ਨੂੰ ਪਾਸ ਆ ਕੇ ਫਿਰ ਬੈਠ ਜਾਂਦੀਆਂ ਨੇ ਮਾਈਆਂ ਲਿਆਉਂਦੀਆਂ ਨੇ ਵੀ ਅਸੀਂ ਚੱਕੀ ਚ ਦਾਣੇ ਉਦੋਂ ਹੱਥ ਨਾਲ ਪੀਂਦੇ ਹੁੰਦੇ ਸੀ, ਪੀਸਣ ਆਏ ਬਹਿੱਠ। ਜਾਂ ਚੱਕੀ ਵਾਲੇ ਨੂੰ ਦਾਣੇ ਦੇ ਕੇ ਆਪਾਂ ਉੱਥੇ ਹੀ ਬਹਿ ਜਾਂਦੇ ਹਾਂ ਵੀ ਲੈ ਵੀ ਪੀਸ ਦੇ ਇਹਨਾਂ ਨੂੰ। ਇਹ ਪਾਠ ਬਹਿਠ ਨਹੀਂ ਕਰਨਾ, ਬਹਿੱਠ ਕਰਨਾ। ਜੋ ਦਰ ਰਹੇ ਸੋ ਉਬਰੇ ਨਾਨਕ ਅਜਬ ਡਿੱਠ। ਜੋ ਦਾਣੇ ਦਰਮਿਆਨ ਅਰਥਾਤ ਕਿੱਲੀ ਦੀ ਚੱਕੀ ਨਾਲ ਜਿੱਥੇ ਕਿੱਲੀ ਵਿਚਕਾਰ ਹੁੰਦੀ ਆ ਉੱਥੇ ਲੱਗੇ, ਉਹ ਬਚ ਗਏ। ਮਹਾਰਾਜ ਕਥਨ ਕਰਦੇ ਨੇ ਇੱਕ ਚਰਜ ਕੌਤਕ ਦੇਖਣਾ ਕਰੋ, ਨਾਨਕ ਅਜਬ ਡਿੱਠ। ਇਸੇ ਪ੍ਰਕਾਰ ਜਿਹੜਾ ਅੰਤਰੀ ਭਾਵ ਕਹਿਣ ਦਾ ਗੁਰੂ ਨਾਨਕ ਸਾਹਿਬ ਦਾ, ਉਹ ਇਹ ਹੈ ਜਿਸ ਵੇਲੇ ਸਰੀਰ ਰੂਪੀ ਖੇਤ ਪੱਕਿਆ ਜਾਂ ਬਿਰਧ ਹੋ ਗਿਆ ਸਮਝੋ, ਤਾਂ ਸੂਖਮ ਸਰੀਰ ਨੂੰ ਜਮਦੂਤਾਂ ਨੇ ਆ ਕੇ ਵਿੱਚੋਂ ਕੱਟ ਲਿਆ। 25 ਪ੍ਰਕਿਰਤੀਆਂ ਦੀ ਦੇਹੀ ਹੈ, ਸਾਰੀ 17 ਦੀ ਰਹਿ ਜਾਂਦੀ ਜਦੋਂ ਵਿੱਚੋਂ ਕੱਢਦੇ। 8 ਤੱਤ ਆਪਾਂ ਇੱਥੇ ਛੱਡ ਜਾਂਦੇ ਇਹਨਾਂ ਚੋਂ, ਤਾਂਹੀਓ ਨਜ਼ਰ ਨਹੀਂ ਆਉਂਦੀ। ਉਸ ਵੇਲੇ ਸੰਬੰਧੀਆਂ ਰੂਪੀ ਵਾੜ ਹੁੰਦੀ, ਪੱਲਰ ਜਿਹੜੀ ਹੈ ਖਾਲੀ ਰਹਿ ਜਾਂਦੀ, ਸੰਬੰਧੀ ਵਿਚਾਲੇ ਖੜੇ ਰਹਿ ਗਏ, ਬਸ ਉਹਦਾ ਤਾਂ ਸੰਸਕਾਰ ਹੀ ਹੋ ਗਿਆ। ਜਿਸ ਵੇਲੇ ਜਮਦੂਤ ਜੀਵ ਨੂੰ ਆ ਕੇ ਫੜਦੇ ਤਾਂ ਪਹਿਲੇ ਪਾਨ ਅਪਾਨ ਦੀ ਗੰਢ ਵਿੱਚ ਰੱਖ ਕੇ ਦੁੱਖ ਦਿੰਦੇ ਨੇ। ਸਣ ਕੀ ਸਾਰਾ ਚਿੱਥਿਆ, ਕੀ ਸਾਰਾ ਹੁੰਦੀ ਹੈ ਇੰਦਰੀਆਂ ਦੇ ਸਹਿਤ ਜੀਵ ਨੂੰ ਚਿੱਥਦੇ ਨੇ ਪਹਿਲਾਂ ਚੰਗੀ ਤਰ੍ਹਾਂ। ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੋ ਕੜਕਾਏ। ਸਿਮਰਨ ਵਾਲਿਆਂ ਨੂੰ ਨਹੀਂ, ਜਿਨ੍ਹਾਂ ਨੇ ਕਦੇ ਸਿਮਰਨ ਨਹੀਂ ਕੀਤਾ, ਭਗਤੀ ਨਹੀਂ ਕੀਤੀ, ਗੁਰੂ ਦੇ ਦਰ ਤੇ ਨਹੀਂ ਆਏ, ਗੁਰੂ ਵਾਲੇ ਬਣੇ ਨਹੀਂ, ਗੁਰੂ ਨਾਲੋਂ ਟੁੱਟੇ ਹੀ ਬੈਠੇ ਨੇ, ਨੁਕਸਾਨ ਤਾਂ ਉਹਨਾਂ ਨੂੰ ਬਹੁਤ ਹੁੰਦਾ। ਸਾਡਾ ਬੋਲ ਬੋਲ ਕੇ ਜ਼ੋਰ ਲੱਗ ਜਾਂਦਾ ਇਸ ਗੱਲ ਤੇ। ਸਾਨੂੰ ਇਸ ਗੱਲ ਦੀ ਅਸਲੀਅਤ ਮਹਾਂਪੁਰਖਾਂ ਨੇ ਦੱਸਤੀ, ਗੁਰੂ ਗ੍ਰੰਥ ਸਾਹਿਬ ਨੇ ਦੱਸਤੀ ਵੀ ਇਹ ਰੌਲਾ ਪਾ ਕੇ ਸਮਝਾਓ ਇਹਨਾਂ ਨੂੰ ਵੀ ਨਹੀਂ ਬਾਅਦ ਚ ਤੰਗ ਹੋਣਗੇ। ਪਹਿਲਾਂ ਦੱਸ ਦੇਣੀ ਚੰਗੀ ਗੱਲ ਹੁੰਦੀ, ਪਹਿਲਾਂ ਗੱਲ ਦੱਸੀ ਚੰਗੀ, ਕੋਈ ਨਾ ਕੋਈ ਜ਼ਰੂਰ ਸਮਝ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਜਮਦੂਤ ਆ ਕੇ ਪਰੇਸ਼ਾਨ ਬਹੁਤ ਜ਼ਿਆਦਾ ਕਰਦੇ ਨੇ ਜਦੋਂ। ਫਿਰ ਕਣ ਲਿਆ ਤਨ ਝਾੜ, ਫਿਰ ਅਸਥੂਲ ਜਿਹੜਾ ਅਸਥੂਲ ਸਰੀਰ ਆ ਬਾਹਰ ਦਿਖਣ ਵਾਲਾ, ਇਹਦੇ ਨਾਲ ਕਣ ਜਿਹੜਾ ਸੂਖਮ ਸਰੀਰ ਨੂੰ ਝਾੜ ਲੈਂਦੇ ਨੇ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿੱਠ। ਪਰਲੋਕ ਵਿੱਚ ਪ੍ਰਤੱਖ ਚੱਕੀ ਦੇ ਦੋ ਪੁੜ ਜੋੜ ਕੇ ਪੀਸਣ ਵਾਲੇ ਜਮਦੂਤ ਫਿਰ ਕੋਲ ਆ ਕੇ ਬਹਿ ਜਾਂਦੇ ਉਹ ਬੰਦੇ ਦੇ। ਉਹਦੀ ਆਤਮਾ ਜਿਹੜੀ 17 ਤੱਤਾਂ ਦੀ ਦੇਹੀ ਕੱਢੀ ਸੀ, ਜੀਵ ਆਤਮਾ, ਆਤਮਾ ਵੈਸੇ ਇੱਕ ਵੱਖਰੀ ਚੀਜ਼ ਹੈ, ਆਤਮਾ ਹੈ ਆਪਣਾ ਅਸਲੀ ਸਰੂਪ, ਪਰ ਆਪਾਂ ਜੀਵ ਇਸ ਕਰਕੇ ਹਾਂ ਕਿਉਂਕਿ ਆਪਾਂ ਨੇ ਉਹਦੇ ਵਿੱਚ ਹਉਮੈ ਪਾਈ ਹੋਈ ਹੈ, ਮੈਂ ਦੀ ਆਵਾਜ਼ ਕੱਢਦੇ ਹਾਂ ਉਹਦੇ ਵਿੱਚੋਂ। ਪਾਨ ਪਾਨ ਦੀ ਗੰਢ ਰੂਪੀ ਚੱਕੀ ਦੇ ਦੋ ਪੁੜ ਜੋੜ ਕੇ ਧਰਤੀ ਆਕਾਸ਼ ਰੂਪ ਚੱਕੀ ਦੇ ਦੋ ਪੁੜ ਜੁੜੇ ਹੋਏ ਨੇ। ਪੀਸਣ ਵਾਲੇ ਜਮਦੂਤ ਜੀਵ ਦੇ ਕੋਲ ਆ ਕੇ ਬਹਿੰਦੇ ਨੇ। ਜੋ ਦਰ ਰਹੇ ਸੋ ਉਬਰੇ ਨਾਨਕ ਅਜਬ ਡਿੱਠ। ਜਿਹੜੇ ਜੀਵਨ ਰੂਪੀ ਦਾਣੇ ਸਤਸੰਗਤ ਰੂਪੀ ਕਿੱਲੀ ਦੇ ਦਰਮਿਆਨ ਰਹਿ ਗਏ, ਉਹ ਜਮਾਂ ਤੋਂ ਵੀ ਬਚ ਗਏ, ਉਹਨੂੰ ਜਮਦੂਤ ਹੱਥ ਨਹੀਂ ਲਾ ਸਕਦਾ। ਇਹ ਇੱਕ ਅਸਚਰਜ ਕੌਤਕ ਦੇਖਿਆ, ਜਮਦੂਤ ਛੱਡ ਜਾਂਦੇ ਨੇ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹੋਣਾ ਤੂੰ ਨਹਿ ਛੁੱਟੈ ਨਿਕ ਨ ਜਾਈਓ ਦੂਤ। ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ। ਪਹਿਲਾ ਅਰਥ ਕਰਦੇ ਨੇ ਇਹ ਚ ਭਾਵ ਆ, ਵੇਖਣਾ ਕਰੋ ਭਾਈ, ਕਹਿੰਦੇ ਮਿੱਠਾ ਜੋ ਗੰਨਾ ਹੈ ਉਹ ਪਹਿਲੇ ਜ਼ਮੀਨ ਚੋਂ ਕੱਟਿਆ ਜਾਂਦਾ, ਫਿਰ ਉਹਦੇ ਜਿਹੜੇ ਹੁੰਦੇ ਨੇ ਪਾਦ ਕੱਟੇ ਜਾਂਦੇ ਨੇ, ਮੂਹਰਲੇ ਪੱਤੇ ਜਿਹੜੇ ਕੱਟਦੇ ਨੇ, ਅਲੱਗ ਅਲੱਗ ਬੋਲੀ ਆ ਉਹਨਾਂ ਦੀ। ਸੋ ਇਸ ਪ੍ਰਕਾਰ ਫਿਰ ਜੜਾਂ ਤੋਂ ਕੱਟਦੇ ਨੇ, ਫਿਰ ਉਹਨਾਂ ਨੂੰ ਬੰਨ ਪਾਉਂਦੇ ਨੇ, ਖੁੰਡਾਂ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ। ਫਿਰ ਗੰਨਿਆਂ ਨੂੰ ਖੁੰਡਾਂ ਭਾਵ ਵੇਲਣੇ ਅੰਦਰ ਰੱਖ ਕੇ, ਲੱਕੜ ਦੇ ਵੇਲਣੇ ਲੋਹੇ ਦੇ ਦੋਨੋਂ ਹੀ ਹੁੰਦੇ ਨੇ। ਹੁਣ ਮਲ ਮਲ ਕੇ ਭਾਵ ਜ਼ਿਮੀਂਦਾਰ ਜਿਹੜੇ ਹੁੰਦੇ ਨੇ ਮਲ, ਉਹ ਲੋਕ ਬੜੀ ਭਾਰੀ ਗੰਨੇ ਨੂੰ ਸਜ਼ਾ ਦਿੰਦੇ ਨੇ, ਉਹਦੇ ਵਿੱਚ ਪਾਉਂਦੇ ਨੇ, ਗੰਨੇ ਦਾ ਰਸ ਕੱਢਦੇ ਨੇ। ਪਹਿਲਾਂ 2-3-4 ਗੰਨੇ ਪਾਏ, ਫਿਰ ਮਰੋੜ ਕੇ ਫਾਏ, ਫਿਰ ਤੀਰੇ ਕਰਕੇ ਫਾਏ, ਫਿਰ ਚੌਰੇ ਕਰਕੇ ਪਾਏ,
ਗੰਨੇ ਨੂੰ ਐਨ ਸੁਕਾ ਕੇ ਫਿਰ ਜਿਮੀਦਾਰ ਬਾਹਰ ਸਿੱਟਦਾ। ਰਸ ਕਸ ਟੱਟਰ ਪਾਈ ਐ ਤਪੈ ਤੈ ਵਿਲ ਲਾਏ। ਕਸ ਹੁੰਦੀ ਕਸੀਸ ਦੇ ਕੇ ਕੱਢਿਆ ਹੋਇਆ ਜਾਂ ਗੰਨੇ ਦਾ ਰਸ ਹੈ ਰੋਹ ਹੈ ਉਹਨੂੰ ਤਪਾਉਣ ਵਾਸਤੇ ਟੱਟਰ ਹੁੰਦਾ ਕੜਾਹੇ ਵਿਚ ਪਾਉਂਦੇ ਨੇ। ਅਗਨੀ ਦੇ ਸੇਕ ਕਰਕੇ ਉਹ ਰਸ ਤਪਦਾ ਹੋਇਆ ਬਿਰਲਾਪ ਕਰਦਾ ਗੰਨੇ ਦੇ ਵਿਚੋਂ ਫਿਰ ਰਸ ਵਿਚੋਂ ਫੂ ਫੂ ਦੀ ਆਵਾਜ਼ ਆਉਂਦੀ। ਜਦੋਂ ਤੜਫਦਾ ਉਬਲਦਾ ਫਿਰ ਉਹਦੇ ਵਿਚ ਸੂ ਸੂ ਦੀ ਆਵਾਜ਼ ਆਉਂਦੀ ਕਿਉਂਕਿ ਗਾੜਾ ਹੋ ਜਾਂਦਾ ਗੁੜ ਬਣਨ ਲੱਗਦਾ। ਜਦੋਂ ਭੀ ਸੋ ਫੋਗ ਸੰਭਾਲੀ ਹੈ ਦਿੱਚੈ ਅੱਗ ਜਾਲ ਆਏ। ਕਹਿੰਦੇ ਪੂਨਾ ਉਹ ਗੰਨੇ ਨੂੰ ਫਿਰ ਜਿਹੜਾ ਉਹਦਾ ਫੋਗ ਬਚਿਆ ਪੱਛੀਆਂ ਨੂੰ ਸੰਭਾਲ ਕੇ ਰੱਖਦੇ ਨੇ ਸੁਕਾ ਕੇ ਉਹਨੂੰ ਫੇਰ ਅੱਗ ਸਾੜਦੇ ਨੇ। ਵੀ ਏਡੀ ਸਜ਼ਾ ਗੰਨੇ ਨੂੰ ਉਹਦੇ ਰਸ ਨੂੰ। ਮਹਾਰਾਜ ਸੱਚੇ ਪਾਤਸ਼ਾਹ ਇੰਨੀ ਸਜ਼ਾ ਗੰਨੇ ਨੂੰ ਕਿਉਂ ਮਿਲ ਗਈ? ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨਾਨਕ ਮਿੱਠਾ ਪੱਤਰੀਆ ਵੇਖੋ ਲੋਕਾਂ ਆਏ। ਮਹਾਰਾਜ ਕਥਨ ਕਰਦੇ ਮਿੱਠਾ ਜੋ ਗੰਨਾ ਪੱਤਰੀਆ ਪੱਤਰਾਂ ਵਾਲਾ ਸੀ ਨਾ ਇਹ ਲੋਕੋ ਆ ਕੇ ਵੇਖੋ ਉਹਦਾ ਇਹ ਹਾਲ ਹੁੰਦਾ। ਮਹਾਰਾਜ ਇਹਦਾ ਭਾਵ ਅਰਥ ਕੀ ਹੈ? ਸਤਿਗੁਰੂ ਕਹਿੰਦੇ ਇਹਦਾ ਅੰਤਰੀ ਭਾਵ ਤੁਹਾਨੂੰ ਦੱਸਦੇ ਆ। ਵੇਖ ਜੇ ਮਿੱਠਾ ਕੱਟਿਆ ਵੇਖਣਾ ਕਰੋ ਜਿਹੜਾ ਸੰਬੰਧੀਆਂ ਦਾ ਬਹੁਤਾ ਮਿੱਠਾ ਪਿਆਰਾ ਨਾ ਉਹਨੂੰ ਜਮਦੂਤਾਂ ਨੇ ਆ ਕੇ ਕੱਟਿਆ ਜਦੋਂ ਵੱਢਿਆ ਚੰਗੀ ਤਰ੍ਹਾਂ। ਸੋ ਅੰਦਰੋਂ ਸਰੀਰ ਨੂੰ ਕੱਟਦੇ ਨੇ ਹੱਥ ਮਰੋੜਾ ਤਨ ਕੱਪੇ ਸਿਆਹ ਹੋਆ ਸੇਤ। ਫਿਰ ਕੱਟ ਕੁੱਟ ਵੱਧਾ ਪਾਏ ਚੰਗੀ ਤਰ੍ਹਾਂ ਕੱਟ ਕੁੱਟ ਕੇ ਬੰਨ ਪਾਉਂਦੇ ਨੇ। ਫਿਰ ਜਿਹੜਾ ਸੰਬੰਧੀਆਂ ਦਾ ਮਿੱਠਾ ਵੇਖੀਦਾ ਪਹਿਲਾਂ ਉਹਨੂੰ ਕੋਈ ਅੰਗ ਪਤੰਗ ਕੱਟਿਆ ਜਾਂਦਾ ਫਿਰ ਅੰਤ ਨੂੰ ਜਮਦੂਤ ਸਥੂਲ ਸਰੀਰ ਨਾਲੋਂ ਸੂਖਮ ਸਰੀਰ ਨੂੰ ਕੱਟਦੇ ਨੇ। ਫਿਰ ਮਾਰ ਮਾਰ ਕੇ ਸੰਗਲਾਂ ਨਾਲ ਬੰਨ ਪਾਉਂਦੇ ਨੇ ਖੁੰਡਾਂ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ। ਫਿਰ ਪਾਨ ਅਤੇ ਅਪਾਨ ਦੀ ਗੰਢ ਰੂਪੀ ਵੇਲਣੇ ਅੰਦਰ ਪ੍ਰਲੋਕ ਵਿਚ ਪ੍ਰਤੱਖ ਵੇਲਣੇ ਅੰਦਰ ਰੱਖ ਕੇ ਜੀਵ ਨੂੰ ਜਮਦੂਤਾਂ ਰੂਪੀ ਜਿਹੜੀ ਹੈ ਨਾ ਮਲ ਬੜੀ ਭਾਰੀ ਸਜ਼ਾ ਦਿੰਦੇ ਨੇ ਜਮਦੂਤ। ਫਿਰ ਜਿਵੇਂ ਇੱਥੇ ਪੀੜਦੇ ਨੇ ਗੰਨਾ ਇਸ ਤਰ੍ਹਾਂ ਜੀਵ ਆਤਮਾ ਨੂੰ ਪ੍ਰਲੋਕ ਵਿਚ ਗੰਨੇ ਵਾਂਗੂ ਪੀੜਦੇ ਲਿਜਾ ਕੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਰੋਜ਼ ਮੱਥਾ ਟੇਕਦੇ ਹਾਂ ਉਹ ਗੁਰੂ ਨਾਨਕ ਜੀ ਨੂੰ ਕਹਿੰਦੇ ਸਾਡਾ ਬਾਬਾ ਨਾਨਕ ਗੁਰੂ ਨਾਨਕ। ਇਹ ਕੋਈ ਬੰਦਾ ਨਹੀਂ ਕਹਿ ਰਿਹਾ, ਜੇ ਕੋਈ ਬੰਦਾ ਕਹਿੰਦਾ ਸ਼ਾਇਦ ਮੈਂ ਆਪਾਂ ਨਾ ਮੰਨਦੇ ਸਾਰੇ ਕਹਿੰਦੇ ਇਵੇਂ ਗੱਲਾਂ ਮਾਰਦੇ। ਇਹ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਇਸ ਕਰਕੇ ਤੁਹਾਨੂੰ ਇਹ ਗੱਲ ਮੰਨਣੀ ਪੈਣੀ ਨਹੀਂ ਤਾਂ ਫਿਰ ਮੱਥਾ ਕਾਹਦੇ ਲਈ ਟੇਕਦੇ। ਬਹੁਤ ਸਾਰੇ ਲੋਕ ਕਹਿੰਦੇ ਇਵੇਂ ਗੱਲਾਂ ਬਣਾਈਆਂ ਹੋਈਆਂ ਨੇ ਜਮਦੂਤ ਨਹੀਂ ਹੁੰਦੇ ਆਹ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਨੂੰ ਤਾਂ ਸਾਰਾ ਹੀ ਪਤਾ ਜਿਨ੍ਹਾਂ ਨੇ ਸਭ ਕੁਝ ਬਣਾਇਆ। ਉਹ ਆਪਾਂ ਨੂੰ ਤਾਂ ਸਾਵਧਾਨ ਕਰਦੇ ਨੇ ਵੀ ਅੱਗੇ ਬਹੁਤ ਤਕਲੀਫ਼ ਹੁੰਦੀ ਆ ਨਾਮ ਜਪ ਲਓ। ਰਸ ਕਸ ਟੱਟਰ ਪਾਈ ਐ ਤਪੈ ਤੈ ਵਿਲ ਲਾਏ। ਕਸ ਹੁੰਦਾ ਕਸੀਸ ਭਾਵ ਤਾੜਨਾ ਦੇ ਕੇ ਚੰਗੀ ਤਰ੍ਹਾਂ ਐਨ ਖਿੱਚ ਕੇ ਸੂਖਮ ਸਰੀਰ ਰੂਪੀ ਰਸ ਨੂੰ ਕੱਢਿਆ ਜਾਂਦਾ ਉਹਨੂੰ ਨਰਕਾਂ ਰੂਪੀ ਕੜਾਹੇ ਚ ਪਾਉਂਦੇ ਨੇ। ਨਰਕਾਂ ਵਿਚ ਪਿਆ ਹੋਇਆ ਤਪਦਾ ਤੇ ਵਿਰਲਾਪ ਕਰਦਾ। ਇੱਥੇ ਕਹਿੰਦੇ ਇਹਦਾ ਖਹਿੜਾ ਨਹੀਂ ਛੁੱਟ ਜਾਂਦਾ। ਭੀ ਸੋ ਫੋਗ ਸੰਭਾਲੀ ਐ ਦਿੱਚੈ ਅੱਗ ਜਾਲਾਏ। ਫਿਰ ਉਹਦੇ ਸਥੂਲ ਸਰੀਰ ਰੂਪੀ ਫੋਗ ਨੂੰ ਸੰਬੰਧੀ ਸੰਭਾਲਦੇ ਨੇ ਮਗਰੋਂ, ਜਿਵੇਂ ਗੰਨੇ ਦਾ ਫੋਗ ਜਾਂ ਪੱਛੀਆਂ ਹੁੰਦੀਆਂ ਰੱਖ ਲੈਂਦੇ ਆਪਾਂ ਸਾਂਭ ਕੇ ਅੱਗ ਲਾ ਕੇ ਸਾੜਾਂਗੇ ਇਹਨਾਂ ਨੂੰ ਕੰਮ ਲਵਾਂਗੇ ਅੱਗ ਦਾ। ਕਹਿੰਦੇ ਮਗਰੋਂ ਸੰਬੰਧੀ ਇਹਦੀ ਸਰੀਰ ਰੂਪੀ ਪੱਛੀਆਂ ਨੂੰ ਰੱਖ ਲੈਂਦੇ ਨੇ ਖੋ ਤਾਂ ਉਹ ਖਾਲੀ ਜਾਂਦਾ। ਕਹਿੰਦੇ ਨਵਾਂ ਧੁਆ ਕੇ ਚੰਗੀ ਤਰ੍ਹਾਂ ਉਹਨੂੰ ਫਿਰ ਨਵੇਂ ਕੱਪੜੇ ਪਾ ਕੇ ਸੋਹਣਾ ਬਵਾਨ ਸਜਾ ਕੇ ਫੱਟੇ ਤੇ ਪਾ ਕੇ ਆਪਣੇ ਮੋਢਿਆਂ ਤੇ ਚੁੱਕ ਕੇ ਮਸਾਣ ਭੂਮਿਕਾ ਚ ਲੈ ਜਾਂਦੇ। ਉੱਥੇ ਫਿਰ ਚੀਖਾ ਉੱਪਰ ਰੱਖ ਕੇ ਅਗਨੀ ਵਿਚ ਸਾੜ ਦਿੰਦੇ ਨੇ। ਕਹਿੰਦੇ ਪੱਛੀਆਂ ਵਾਂਗੂ ਇਹਨੂੰ ਸਾੜ ਦਿੰਦੇ ਬਾਅਦ ਚ। ਨਾਨਕ ਮਿੱਠਾ ਪੱਤਰੀਆ ਵੇਖੋ ਲੋਕਾਂ ਆਏ। ਮਹਾਰਾਜ ਕਥਨ ਕਰਦੇ ਜੋ ਸੰਬੰਧੀਆਂ ਦਾ ਬਹੁਤਾ ਮਿੱਠਾ ਪਿਆਰਾ ਨਾ ਪੱਤਰੀਆ ਪੁੱਤਰਾਂ ਵਾਲਾ ਦੁਨੀਆਂ ਦੇ ਲੋਕੋ ਤੁਸੀਂ ਆ ਕੇ ਦੇਖਣਾ ਕਰੋ ਜੋ ਉਹਦਾ ਹਾਲ ਹੁੰਦਾ ਉਹਦਾ ਪੱਤਰੀਆ ਭਾਵ ਪਤੀਆਵਾ ਦੇਖੋ ਜੋ ਕਿ ਉਹਦੀ ਪਤ ਆਬਰੋ ਰਹਿ ਆਈ ਭਾਵ ਕਿੰਨੀ ਕੁ ਬੇਪਤੀ ਹੋਈ ਆ ਉਹ ਬੰਦੇ ਦੀ। ਅਖੀਰ ਤਾਂ ਸਾਰਿਆਂ ਨੇ ਉਸੇ ਰਸਤੇ ਜਾਣਾ ਉੱਥੋਂ ਹੀ ਜਾਣਾ। ਜੇ ਕੋਈ ਕਹੇ ਮੇਰਾ ਤਾਂ ਫਿਊਨਲ ਹੋਣਾ ਹੀ ਨਹੀਂ ਇਹ ਕਿਵੇਂ ਹੋਜੂਗਾ, ਉਹ ਤਾਂ ਹੋਣਾ ਹੀ ਹੋਣਾ। ਸਤਿਗੁਰ ਨਾਨਕ ਦੇਵ ਦਾ ਮਤਲਬ ਡਰਾਉਣ ਦਾ ਨਹੀਂ, ਉਹ ਤਾਂ ਅਸਲੀਅਤ ਦੱਸਦੇ ਨੇ ਭਾਈ ਆਹ ਕੰਮ ਨਾ ਕਰੋ। ਐਸਾ ਕੰਮ ਮੂਲੇ ਨਾ ਕੀਚਾ ਜਤ ਅੰਤ ਪੱਛੋ ਤਾਈਆ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਾਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਪਵੜੇ ਇੱਕ ਨਾ ਮਰਨ ਨਾ ਚਿੱਤ ਆਸ ਘਨੇਰਿਆ। ਪਹਿਲੇ ਪਾਤਸ਼ਾਹ ਦੀ ਪੌੜੀ ਆ ਘਨੇਰਿਆ ਤੋਂ ਭਾਵ ਬਹੁਤਿਆਂ ਪਦਾਰਥਾਂ ਦੀ ਆਸਾ ਹੋਣ ਕਰਕੇ ਇੱਕ ਇਹਨਾਂ ਨੂੰ ਮਰਨਾ ਚੇਤੇ ਹੀ ਨਹੀਂ ਆਉਂਦਾ। ਸਵੇਰ ਤੋਂ ਲੈ ਕੇ ਰਾਤ ਤੱਕ ਰਾਤ ਤੋਂ ਸਵੇਰ ਤੱਕ ਪਦਾਰਥਾਂ ਨਾਲ ਹੀ ਜੁੜਿਆ ਬੰਦਾ, ਮੌਤ ਚੇਤੇ ਨਹੀਂ ਆਉਂਦੀ ਬੰਦੇ ਨੂੰ। ਮਰ ਮਰ ਜੰਮੈ ਨਿੱਤ ਕਿਸੇ ਨਾ ਕੇਰਿਆ। ਜੇ ਕਿਸੇ ਗੁਰੂ ਪੀਰ ਦੇ ਨਹੀਂ ਬਣੇ ਉਹ ਜੀਵ ਨਿਤਾ ਪ੍ਰਤੀ ਮਰ ਮਰ ਕੇ ਜੰਮਦੇ ਰਹਿੰਦੇ ਨੇ, ਫਿਰ ਮਰ ਗਿਆ ਫਿਰ ਜੰਮ ਪਿਆ। ਇਹ ਗੁਰੂ ਪੀਰ ਦਾ ਕੰਮ ਇਹੀ ਹੁੰਦਾ ਕਿ ਸਾਨੂੰ ਗੇੜੇ ਚੋਂ ਕੱਢਦਾ, ਉਹ ਬੰਧਨਾਂ ਤੋਂ ਮੁਕਤ ਕਰਦੇ ਨੇ।
सतगुरु जी सानू इन्हां चक्करां तों बचाउंदे ने। आपन डै मन चित कहन चंगे रिया, ओ जीव अपने मन ते चित विच अपने आप नूं चंगा कहिंदे जिहड़े संसार दे जीव ने, पर जिहड़े अपने आप नूं कहिंदे मैं बड़ा चंगा, मैं बड़ा सियाणा, मैनूं बड़ा पता, जमराज है नित नित मनमुख हे रिया, उन्हां मनमुखां नूं जमराज ने नेता प्रति मारन लई देखिया, ऐ निगाह रखदा, इत्थे तां गल्लां बहुत मारदा पर जमदूत दी निगाह च रहिंदा हमेशा। धर्मराजे दी गुरु नानक साहब कहिंदे ਉਹ ਧਰਮਰਾਜੇ ਦੀ ਹਮੇਸ਼ਾ ਨਿਗਾਹ ਵਿਚ ਬਣਿਆ ਹੀ ਰਹਿੰਦਾ ਕਿ ਆ ਠੀਕ ਆ ਕਰ ਲਾ ਗੱਲਾਂ, ਵਾਰੀ ਤਾਂ ਸਾਡੀ ਆਉਣੀ, ਅਸੀਂ ਲੈਣ ਆਉਣਾ ਤੈਨੂੰ, ਫਿਰ ਤੈਨੂੰ ਖੜਾ ਕੇ ਪੁੱਛਾਂਗੇ ਜਿਹੜੀਆਂ ਫਾਕੜੀਆਂ ਮਾਰਦਾ ਸੀ ਬਹੁਤੀਆਂ। ਸਤਿਗੁਰੂ ਕਹਿੰਦੇ ਧਰਮਰਾਜੇ ਦੀ ਡਿਊਟੀ ਅਸੀਂ ਲਾਈ ਹੋਈ ਆ। ਮਨਮੁਖ ਲੂਣ ਹਾਰਾਮ ਕਿਆ ਨਾ ਜਾਣਿਆ, ਪਰਮੇਸ਼ੁਰ ਦੇ ਦਿੱਤੇ ਹੋਏ ਮਕਾਨਾਂ ਚ ਰਹਿੰਦੇ ਨੇ, ਪਰਮੇਸ਼ੁਰ ਦੇ ਦਿੱਤੇ ਹੋਏ ਕਹਿੰਦੇ ਕੱਪੜਿਆਂ ਨੂੰ ਪਾਉਂਦੇ ਨੇ, ਪਰਮੇਸ਼ੁਰ ਦਿੱਤੇ ਭੋਜਨ ਖਾਂਦੇ ਨੇ, ਪਰ ਮਨਮੁਖ ਪੁਰਸ਼ ਲੂਣ ਖਾ ਕੇ ਲੂਣ ਹਰਾਮੀ ਹੋ ਗਏ, ਕਹਿੰਦੇ ਪਰਮੇਸ਼ਰ ਦੇ ਕੀਤੇ ਉਪਕਾਰ ਨੂੰ ਜਾਣਦੇ ਹੀ ਨਹੀਂ, ਇਹ ਪਰਮਾਤਮਾ ਦਾ ਨਾਮ ਹੀ ਨਹੀਂ ਜਪਦੇ, ਕਹਿੰਦੇ ਰੱਬ ਦੇ ਨਾਮ ਦੀ ਲੋੜ ਹੀ ਨਹੀਂ, ਬਸ ਪਦਾਰਥ ਦੇਈ ਜਾਓ ਖਾਣ ਨੂੰ, ਪਹਿਰਨ ਨੂੰ, ਪੀਣ ਨੂੰ। ਬੱਧੇ ਕਰਨ ਸਲਾਮ ਖਸਮ ਨਾ ਭਾਣਿਆ, ਕਹਿੰਦੇ ਸਲਾਮ ਕਦੋਂ ਕਰਦੇ ਰੱਬ ਨੂੰ, ਮੱਥਾ ਕਾ ਟੇਕਦੇ, ਕਹਿੰਦੇ ਦੁੱਖਾਂ ਚ ਬੰਨੇ ਹੋਏ, ਜਦੋਂ ਦੁੱਖ ਲੱਗਦਾ ਫਿਰ ਭੱਜੇ ਹੀ ਆਉਂਦੇ ਨੇ, ਦੁੱਖ ਲੱਗ ਗਿਆ ਤਾਂ ਆਰਾਮ ਪੁਕਾਰਾ ਹੈ, ਦੁੱਖਾਂ ਵਿਚ ਬੰਨੇ ਹੋਏ ਨਮਸਕਾਰਾਂ ਕਰਦੇ ਨੇ, ਇਸ ਕਰਕੇ ਖਸਮ ਨੂੰ ਭਾਉਂਦੇ ਨੀ। ਹੁਣ ਮਹਾਰਾਜ ਨੂੰ ਉਹ ਚੰਗੇ ਲੱਗਦੇ, ਕਹਿੰਦੇ ਜਦ ਸੁੱਖ ਸੀ ਤੈਨੂੰ ਉਦੋਂ ਤਾਂ ਮੱਥਾ ਨੀ ਟੇਕਣ ਆਇਆ, ਹੁਣ ਤੈਨੂੰ ਦੂਜਾ ਦੁੱਖ ਤਕਲੀਫ ਜੀ ਹੋਈ, ਹੁਣ ਭੱਜਿਆ ਆ, ਕਹਿੰਦੇ ਉਹ ਭਾਉਂਦਾ ਨੀ ਫਿਰ, ਕਹਿੰਦੇ ਜਾ ਹੁਣ ਜਿੱਥੇ ਜਿੱਥੇ ਸੁੱਖਾਂ ਵੇਲੇ ਰਹਿੰਦਾ ਸੀ ਉੱਥੇ ਹੀ ਜਾ। ਤਾਂ ਇਸ ਕਰਕੇ ਜਦੋਂ ਆਪਾਂ ਸੁੱਖ ਨਾਲ ਜੁੜਦੇ ਹਾਂ ਤਾਂ ਪਰਮਾਤਮਾ ਨੂੰ ਮੱਥਾ ਜ਼ਰੂਰ ਟੇਕੋ, ਗੁਰੂ ਸਾਹਿਬ ਨੂੰ, ਆਪਣੇ ਲਈ ਤਾਂ ਸਾਰਾ ਕੁਝ ਗੁਰੂ ਸਾਹਿਬ ਹੀ ਹੈ। ਆਪਾਂ ਜੇ ਥੱਲੇ ਥੱਲੇ ਵਾਲੀਆਂ ਚੀਜ਼ਾਂ ਨਾਲ ਜੁੜ ਜਾਂਦੇ ਹਾਂ ਤੇ ਗੁਰੂ ਸਾਹਿਬ ਨੂੰ ਛੱਡ ਦਿੰਦੇ ਹਾਂ ਤਾਂ ਫਿਰ ਸਤਿਗੁਰੂ ਨੂੰ ਭਾਉਂਦੇ ਨੀ, ਚੰਗੇ ਨੀ ਲੱਗਦੇ। ਕਰਸਨ ਤਖ਼ਤ ਸਲਾਮ ਲਿਖਿਆ ਪਾਵਸੀ, ਪੂਰਬਲੇ ਕਰਮਾਂ ਦੇ ਲਿਖੇ ਅਨੁਸਾਰ ਸਰੂਪ ਤਖ਼ਤ ਨੂੰ ਪਾਵਣਾ ਕਰੇ ਤਾਂ ਇਹਨੂੰ ਸਾਰੇ ਨਮਸਕਾਰਾਂ ਕਰਦੇ ਨੇ। ਅੰਦਰਲਾ ਆਪਣਾ ਇੱਕ ਤਖ਼ਤ ਹੈ, ਸਰੂਪ ਰੂਪੀ ਤਖ਼ਤ, ਸੋ ਇਸ ਕਰਕੇ ਸਰੂਪ ਰੂਪੀ ਤਖ਼ਤ ਜਿਹੜਾ ਨਾ ਉਹਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੰਦਰੋਂ ਪ੍ਰਾਪਤ ਕਰਦੇ ਨੇ। ਹੁਣ ਜਿਹੜਾ ਅੱਗੇ ਸਲੋਕ ਬਖਸ਼ਿਸ਼ ਕਰਦੇ ਨੇ, ਮਹੱਲਾ ਪਹਿਲਾ ਸਲੋਕ, ਇਸ ਦੀ ਉਥਾਨਕ ਇਸ ਪ੍ਰਕਾਰ ਹੈ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇਸ਼ਾਂ ਦੇ ਸੰਤਰਾਂ ਚ ਪ੍ਰਚਾਰ ਕਰਦੇ ਹੋਏ, ਲੋਕਾਂ ਨੂੰ ਉਪਦੇਸ਼ ਕਰਦੇ ਹੋਏ ਕਾਰੂ ਦੇਸ਼ ਗਏ ਨਾ, ਤਾਂ ਕੀ ਵੇਖਿਆ? ਉੱਥੇ ਸਾਰੇ ਲੋਕ ਰਾਜੇ ਸਮੇਤ ਸਰੇਵੜੇ ਦੀ ਉਪਾਸ਼ਨਾ ਕਰਦੇ ਸੀ। ਸਰੇਵੜਾ ਹੁੰਦਾ ਜਿਹੜੇ ਜੈਨੀ ਜੇ ਹੁੰਦੇ ਨੇ, ਜਿਹੜੇ ਵਾਲ ਜੇ ਪੱਟਦੇ ਨੇ, ਦਾਤਣ ਕੁਰਲਾ ਨਹੀਂ ਕਰਦੇ, ਨਹਾਉਂਦੇ ਵੀ ਨਹੀਂ, ਮੈਲ ਜੰਮੀ ਰਹਿੰਦੀ, ਕਹਿੰਦੇ ਇਹਦੇ ਨਾਲ ਜੀਵ ਹੱਤਿਆ ਹੋ ਜਾਂਦੀ, ਤਾਂ ਨਹੀਂ ਦਾਤਣ ਕਰਦੇ, ਬੁਰਸ਼ ਨਹੀਂ ਕਰਦੇ, ਦੂਜੇ ਦੀ ਰੋਟੀ ਜੂਠੀ ਖਾਂਦੇ, ਕਹਿੰਦੇ ਜੇ ਮੈਂ ਬਣਾਊ ਮੈਨੂੰ ਪਾਪ ਲੱਗੂ, ਉਹਦੇ ਚ ਜੀਵ ਜੰਤ ਮਰ ਜਾਣਗੇ, ਇਹੋ ਜਿਹੇ ਇਹਨਾਂ ਦੇ ਸੋਚਣੀਆਂ ਨੇ। ਹੁਣ ਸਰੇਵੜੇ ਦੀ ਉਪਾਸ਼ਨਾ ਕਰਦੇ ਕਾਰੂ ਦੇਸ਼ ਵਿਚ, ਜਦ ਵੀ ਵਰਖਾ ਦੀ ਲੋੜ ਹੁੰਦੀ ਉਹ ਸਰੇਵੜੇ ਅੱਗੇ ਜਾ ਕੇ ਬੇਨਤੀਆਂ ਕਰਦੇ, ਲੋਕਾਂ ਦੀ ਬੇਨਤੀ ਸੁਣ ਕੇ ਫਿਰ ਮੰਤਰ ਜੰਤਰ ਕਰਨ ਬੈਠ ਜਾਂਦਾ, ਜੰਤਰਾਂ ਦੇ ਨਾਲ ਫਿਰ ਵਰਖਾ ਹੋ ਜਾਂਦੀ, ਲੋਕਾਂ ਨੂੰ ਪ੍ਰਸੰਨ ਕਰ ਲੈਂਦਾ, ਲੋਕ ਉਹਨੂੰ ਮਾਇਆ ਦਿੰਦੇ, ਮੱਥਾ ਟੇਕਦੇ, ਗੁਰੂ ਮੰਨਦੇ, ਰੱਬ ਮੰਨਦੇ। ਪਰ ਜਦੋਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਾਏ, ਜਾ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਨੇ, ਉਸ ਦਿਨ ਤੋਂ ਵਰਖਾ ਹੋਣੀ ਬੰਦ ਹੋ ਗਈ। ਭਾਵੇਂ ਉਹ ਜੰਤਰ ਮੰਤਰ ਬਥੇਰੇ ਪੜੇ ਪਰ ਵਰਖਾ ਨਾ ਹੋਈ। ਹੁਣ ਜਲ ਤੋਂ ਬਿਨਾਂ ਖੇਤੀਆਂ ਸੁੱਕਣ ਲੱਗੀਆਂ, 6-7 ਦਿਨ ਲੰਘ ਗਏ, ਵਰਖਾ ਨਾ ਹੋਈ। ਹੁਣ ਜਿਸ ਖੇਤ ਦੇ ਕੋਲ ਗੁਰੂ ਸਾਹਿਬ ਬੈਠੇ, ਉਹ ਖੇਤ ਦਾ ਮਾਲਕ ਜਾਂ ਚਿੰਤਾਵਾਨ ਹੋਇਆ, ਮਹਾਰਾਜ ਕੋਲ ਆਇਆ, ਝੂਰਿਆ ਕਿ ਵਰਖਾ ਤੋਂ ਬਗੈਰ ਬਹੁਤ ਦੁਖੀ ਆ, ਜੇ ਆਪ ਕਿਰਪਾ ਕਰੋ ਤਾਂ ਮੀਂਹ ਪਾ ਦਿਓ ਤਾਂ ਸਾਰੇ ਲੋਕ ਸੁਖੀ ਹੋ ਜਾਣ। ਗੁਰੂ ਨਾਨਕ ਸਾਹਿਬ ਨੇ ਕਿਹਾ ਤੁਸੀਂ ਕਰਤਾਰ ਦਾ ਸਿਮਰਨ ਕਰਿਆ ਕਰੋ, ਮੀਂਹ ਆਪੇ ਪੈ ਜਾਏਗਾ। ਇਹ ਗੱਲ ਸੁਣ ਕੇ ਉਹ ਜਿਮੀਦਾਰ ਨੇ ਕਿਹਾ ਅਸੀਂ ਤਾਂ ਕਰਤਾਰ ਨੂੰ ਜਾਣਦੇ ਨਹੀਂ, ਉਹ ਕਿੱਥੇ ਰਹਿੰਦਾ, ਕੌਣ ਆ, ਦੱਸੋ, ਉਹ ਕਿਵੇਂ ਜਾਣਿਆ ਜਾ ਸਕਦਾ? ਫਿਰ ਮਹਾਰਾਜ ਨੇ ਕਿਹਾ ਉਹ ਕਰਤਾਰ ਕੁਦਰਤ ਦੁਆਰਾ ਜਾਣਿਆ ਜਾਂਦਾ। ਜਿਮੀਦਾਰ ਨੇ ਕਿਹਾ ਅਸੀਂ ਤਾਂ ਕੁਦਰਤ ਦਾ ਵੀ ਪਤਾ ਨਹੀਂ ਕਿ ਕੁਦਰਤ ਕੀ ਚੀਜ਼ ਹੁੰਦੀ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਕੁਦਰਤ ਦੇਖਣੀ ਆ ਤਾਂ ਕੁਝ ਕਣਕ ਦੇ ਦਾਣੇ ਲਿਆ, ਬੀਜ ਇੱਥੇ ਲਿਆ, ਉਹ ਆਪਦੇ ਇਹ ਬੰਦਾ ਬਚਨ ਮੰਨ ਕੇ ਘਰੇ ਜਾ ਕੇ ਕਣਕ ਦੇ ਦਾਣੇ ਲਿਆਇਆ, ਉਸ ਵਕਤ ਆ ਕੇ ਹਲ ਵਾਹ ਕੇ ਦਾਣੇ ਛਿੱਟਾ ਦੇਤਾ ਉਹਨੇ, ਬੀਜ ਕੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਦਾਣੇ ਬੀਜ ਆਇਆ। ਕਹਿੰਦੇ ਚੰਗਾ ਘਰ ਚਲਿਆ ਜਾ ਸੌਂ ਜਾ ਕੇ। ਜਦ ਉਹ ਬੰਦਾ ਦੂਜੇ ਦਿਨ ਸਵੇਰੇ ਆਇਆ ਤਾਂ ਕੀ ਦੇਖਦਾ ਕਿ ਕਣਕ ਦੇ ਬੂਟੇ ਲਹਿ ਲਹਿ ਕਰਦੇ ਪਏ ਨੇ ਉੱਥੇ ਖੇਤ ਦੇ ਵਿੱਚ, ਇਹ ਗੁਰੂ ਨਾਨਕ ਸਾਹਿਬ ਕਰ ਸਕਦੇ ਨੇ, ਹੋਰ ਨਹੀਂ ਕੋਈ। ਤਾਂ ਫਿਰ ਹਜ਼ੂਰ ਨੇ ਕਿਹਾ ਇਹਨਾਂ ਬੂਟਿਆਂ ਨੂੰ ਪੁੱਟ, ਜਦ ਪੁੱਟਿਆ ਤਾਂ ਕੀ ਵੇਖਦਾ ਬੂਟਿਆਂ ਦੇ ਹੇਠਾਂ ਅੱਗ ਬਲ ਰਹੀ ਹੈ, ਇਹ ਹੋਰ ਵੀ ਆ ਅਜੀਬ ਜੀ ਗੱਲ ਦੇਖੀ, ਅੰਗਾਰੇ ਬਲ ਰਹੇ ਬੂਟਿਆਂ ਦੇ ਥੱਲੇ,
उस करके महाराज सच्चे पातशाह नूं कहण लग्या, महाराज बड़ा आश्चर्य है, एक की चीज है महाराज? महाराज कहिंदे एक कुदरत है जिहड़ी थल्ले अग बलदी उत्ते बूटा हरा है, इसे करके करतार जाने जांदा, कुदरत करके परमात्मा जाने जांदा, उहदा सिमरन करोगे तुहाडे सारे काम सिद्ध हो जाणगे। इस तरह का उपदेश ग्रहण करके जिमीदार ने सारे पिंड च आके रौला पाता। बाहर पूर्ण फकीर आए, उन्होंने करतार की कुदरत द्वारा मेरा खेत लह लह करन लाता। उस तो सुनदिया सार गुरु साहब के कोल सारे लोग आ गए इकट्ठे होके। ए जो सरेवड़ा सी जैनी सी उहदा प्रताप घट गया, लोग उहदे कोल जाने हट गए। गुरु साहबां दा प्रताप दिनों दिन ज्यादा वध गया। सरेवड़े दे मन च बड़ा दुख होया, कहिंदा इह जिहा कौन मनुख आ गया जिन्हें मेरा प्रताप घटाता आके। उस वेले अपने आसन तो उठ के गुरु साहबां पास आके महाराज सच्चे पातशाह नाल पहलां तां चर्चा करनी शुरू करती, काफी चर्चा होई पर गुरु साहब नूं जित ना सकिया, ना ही उहने गुरु साहब दा उपदेश ग्रहण कीता। एवें उठ के वापस चला गया। पिछों सिखां ने बेनती करके पुछया, भाई मरदाने ने पुछया, गरीब नवाज जी हो आप जी नाल सरेवड़े ने बहुत चर्चा की, वह आप जी जित नहीं सकिया, जित सकिया कि नहीं, ये तुसी दसो। अते उन्हें आप जी नूं उपदेश नूं ग्रहण नहीं किया, उपदेश सुनिया भी उन्हें तुहानूं गुरु नहीं धारण किया, माड़ी गल है। इन्हां दोहां सवालों का जवाब सुन दे महाराज सच्चे पातशाह कहने गल यह है, तुहानूं सारयां नूं दस दें कारण की है। महला पहला सलोक, पहले पातशाह सलोक उच्चारण करते ने बारवां, मच्छी तारू क्या करे पंखी क्या आकाश। जल विच रहण वाली मच्छी जिहड़ी आ तारू तो भाव डूंघे जल दा की कर सकदी है, भाव अंत ले ही नहीं सकदी, वह पानी दा अंत नहीं लै सकदी। पंछी आकाश दा की बिगाड़ सकदा, अंत नहीं लै सकदा वह, क्योंकि इसे तरह सरेवड़ा साडा अंत नहीं लै सकिया। वह हैगी निकी जी मच्छी, वह साडा अंत किवें पा सकदी? वह हैगा निका जिहा रिद्धियां सिद्धियां वाला पंछी, वह साडा अंत किवें पा सकदा? फिर अपने करड़े सुभाव होने करके साडा उपदेश उन्हें अंगीकार नहीं किया। इहदे उत्ते सत दृष्टांत दिंदे आ तुहानूं, गुरु दे उपदेश नूं कौन कौन नहीं ग्रहण कर सकदा? सत दृष्टांत सुनो, हुण सख्त बंदे कहे जे हुंदे ने। पत्थर पाला क्या करे खुसरे क्या करवास। महाराज कहिंदे किन्ना ही पाला होवे पत्थर नूं पाला की कर सकदा? इस पत्थर दी न्याई कठोर हिरदे वाले सरेवड़े नूं साडा उपदेश की कर सकदा? इसे तरह जेडे बंदिया दा मन पत्थर वर्गा कठोर है उन्हां उत्ते की असर पैना जिन्ना मर्जी उपदेश करी जाओ, उन्हां नूं कोई फर्क नहीं पैण वाला। अते खुसरे ने घर विच वस के घर वास गृहस्थी होके की कर लेना? कोई धीआं पुत्तर पैदा थोड़ी कर लेने उन्होंने। खुसरा तां कहने महाराज कहने खुसरा ही हुंदा। इसे तरह सरदा रूपी जिहड़ा है बीज तो रहत सरेवड़ा, उन्हें सत्संग रूपी घर विच वस के ब्रह्म विद्या रूप लड़की तो ज्ञान रूप पुत्र किवें पैदा कर लेना? कुत्ते चंदन लाई है पीसो कुत्ती धात। चाहे कहने कुत्ते नूं चंदन नाल ला दिए, चारे पासे चंदन मल दिए, तां भी इह कहिंदे कूकरियां दे मगरी दौड़िया फिरदा, कहिंदे उह है कूकर बिरती। इसे प्रकार जिहड़े कूकर वांग सरेवड़ा जां कूकर वांग बंदे ने, उहनूं चंदन वत शीतल करन वाला नाम जे सुना भी दईए तां भी उह कूकरियां तों भाव इस्त्रियां दे मगरी दौड़ना उहने, उह भैड़ी खसलत वाला हो गया। इसे करके बोला जे समझाई है पढ़ी है सिमरत पाठ। जे बोले नूं सिमरतियां दा पाठ सुनाइए, धार्मिक ग्रंथ सुनाइए, बाणी सुनाइए, पढ़ के समझाउणा करिए, उन्हें की समझना? इउं निश्चा ते विचार रूपी कन्ना तो रहे जिहड़ा बोला सरेवड़ा है जां बोले लोग ने जिन्हां नूं निश्चा नहीं गुरु ग्रंथ साहिब ते बाणी ते, जिन्हां नूं विचार नहीं प्राप्त, उन्हां ने जो सिमरने योग परमात्मा ना ओदे पाठ नूं पढ़ के समझाउणा करिए, बाणी समझाइए, कथा राही समझाइए, कहिंदे उह तां है ही बोला, उन्हें की समझना है? प्रतख बोला वक्खरा हुंदा, उह तां भावें समझ भी जावे क्यों उहदे अंदरले कन्न कम करदे ने। आ जिहड़े बिल्कुल ही बंदे बोले ने ना निश्चा ते ना विचार, कहिंदे उहनां बंदियां नूं आपां की प्रचार सुणावांगे, उहनां उत्ते तां कोई असर ही नहीं हुंदा। अंधा चानण रखिया दीवे बलह पचास। एक दो नहीं पंजाह दीवे बाल के अन्ने बंदे अगे चानण करके रख दिए तां भी उहनूं निगाह नहीं आउंदा। पंजाह दीवियां नूं की करांगे भावें सौ रख दिए, उहनूं कोई बड़ा चानण है? उह तां मेरे लई नेरा ही है भाई, मैनूं कहड़ा दींदा, मेरी तां अखां नहीं है। महाराज गुरु नानक साहब कहिंदे इसे तरह ज्ञान विराग रूप नेत्रां तों हीणे अन्ने सरेवड़े अगे
ਜਾਂ ਇਹ ਜੇ ਅੰਨੇ ਲੋਕਾਂ ਦੇ ਅੱਗੇ 50 ਸ਼ਾਸਤਰਾਂ ਰੂਪ ਦੀਵੇ ਬਾਲ ਦੀਏ, ਜੇ 100 ਚੰਦਾ ਉਗਵੇ ਸੂਰਜ ਚੜ੍ਹੇ 1000, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਹੋ ਜਾਂਦਾ। ਉੱਥੇ 50 ਸ਼ਾਸਤਰਾਂ ਰੂਪ ਗਿਆਨ ਗ੍ਰੰਥਾਂ ਰੂਪ ਦੀਵੇ ਬਾਲ ਕੇ ਸਿਧਾਂਤ ਰੂਪ ਚਾਨਣ ਵੀ ਕਰਕੇ ਰੱਖਦੀ ਤਾਂ ਵੀ ਉਹਨੂੰ ਕੋਈ ਨਿਗਾਹ ਨਹੀਂ ਆਉਂਦਾ। ਚੌਣੇ ਸੋਏ ਨਾ ਪਾਈਐ ਚੁਣ ਚੁਣ ਖਾਵੈ ਘਾਸ। ਗਊਆਂ ਦੇ ਚੌਣੇ ਨੂੰ, ਬੱਗ ਨੂੰ ਜਾਂ ਮੱਝਾਂ ਦੇ ਬੱਗ ਨੂੰ ਕਹਿੰਦੇ ਅੱਗੇ ਚਾਹੇ ਘਾਹ ਵਿੱਚ ਰਲਾ ਕੇ ਹੁਣ ਤੁਸੀਂ ਸੋਨਾ ਪਾ ਕੇ ਰੱਖ ਦਿਓ, ਲੈ ਵੀ ਮੱਝ ਸੋਨਾ ਖਾ ਲੂ ਜਾਂ ਗਾਂ ਖਾ ਲੂਗੀ, ਸੋਨਾ ਵਧੀਆ ਚੀਜ਼ ਆ। ਪਰ ਮਹਾਰਾਜ ਕਹਿੰਦੇ ਪਸ਼ੂਆਂ ਨੇ ਤਾਂ ਘਾਹ ਹੀ ਚੁਣ ਚੁਣ ਖਾਣਾ। ਇਸੇ ਤਰ੍ਹਾਂ ਜੇ ਸਰੇਵੜੇ ਨੂੰ ਜਾਂ ਉਹੋ ਜਿਹੇ ਬੁੱਧੀ ਵਾਲੇ ਬੰਦਿਆਂ ਨੂੰ, ਨਾਸਤਕਾਂ ਨੂੰ ਸੋਨਾ ਹੁੰਦਾ ਆਤਮਕ ਉਦੇਸ਼ ਦੇ ਵੀ ਦਈਏ ਤਾਂ ਵੀ ਜਿਹੜੇ ਪਸ਼ੂ ਸਰੇਵੜੇ ਨੇ ਅਨਾਤਮਾ ਰੂਪੀ ਘਾਹ ਹੀ ਚੁਗ ਚੁਗ ਖਾਂਦੇ ਨੇ, ਅਨਾਤਮ ਪਦਾਰਥਾਂ ਨੂੰ ਗ੍ਰਹਿਣ ਕਰਦੇ ਨੇ। ਜੇ ਉਹਨਾਂ ਨੂੰ ਕਹੀਏ ਪਰਮਾਤਮਾ ਦਾ ਨਾਮ ਹੈ, ਹਿਰਦੇ ਅੰਦਰ ਚਾਨਣ ਹੈ, ਗਿਆਨ ਹੈ, ਸੰਸਾਰ ਦੇ ਲੋਕਾਂ ਨੂੰ ਆਪਾਂ ਕਿੰਨਾ ਜ਼ੋਰ ਲਾ ਸਮਝਾਉਂਦੇ ਹਾਂ, ਪਰ ਜਿਹਨੇ ਨਹੀਂ ਸਮਝਣਾ ਉਹਨੂੰ ਸਾਰੀ ਸੰਗਤ ਜ਼ੋਰ ਲਾ ਲਓ ਕਿ ਤੂੰ ਵਾਹਿਗੁਰੂ ਕਹਿ, ਉਹ ਕਹਿੰਦਾ ਮੈਂ ਨਹੀਂ ਕਹਿੰਦਾ ਇਹ, ਉਹ ਵਾਹਿਗੁਰੂ ਕਹਿੰਦਾ ਹੀ ਨਹੀਂ, ਕਿਉਂਕਿ ਉਹਦੇ ਕਰਮਾਂ ਚ ਨਹੀਂ ਲਿਖਿਆ, ਨਾ ਉਹਨੂੰ ਇਸ ਚੀਜ਼ ਦੀ ਅਕਲ ਹੀ ਆ। ਲੋਹਾ ਮਾਰਨ ਪਾਈ ਹੈ ਤਹਿ ਨਾ ਹੋਏ ਕਪਾਸ। ਕਹਿੰਦੇ ਲੋਹੇ ਵਿੱਚ ਚਾਹੇ ਕਿੰਨੇ ਹੀ ਮਾਰਨ ਮਸਾਲੇ ਪਾ ਲਈਏ, ਉਹਨੂੰ ਹਥੌੜੇ ਨਾਲ ਮਾਰਨਾ ਕਰੀਏ ਤਾਂ ਉਹਨੇ ਢਲ ਕੇ ਕਪਾਹ ਵਾਂਗੂ ਨਰਮ ਨਹੀਂ ਹੋਣਾ, ਲੋਹੇ ਨੇ ਤਾਂ ਲੋਹਾ ਹੀ ਰਹਿਣਾ। ਇਸੇ ਤਰ੍ਹਾਂ ਲੋਹੇ ਵਾਂਗੂ ਕਾਲੇ ਮਨ ਵਾਲਾ ਜਿਹੜਾ ਸਰੇਵੜਾ ਜਾਂ ਉਹ ਜਿਹੜੇ ਮਨਮੁਖ ਲੋਕ ਨੇ ਲੋਹੇ ਵਰਗੇ ਨੇ, ਉਹਨੂੰ ਚਾਹੇ ਕਿੰਨੀ ਪ੍ਰਤੀਖਿਆ ਦੇ ਬਚਨ ਸੁਣਾਓ, ਕਿੰਨੀ ਸਿਆਣਪ ਦੀ ਗੱਲ ਸੁਣਾਓ, ਪਰ ਉਹ ਢਹਿ ਕੇ ਦੇਹ ਮਾਨ ਛੱਡ ਕੇ ਹੰਕਾਰ ਛੱਡ ਕੇ ਕਪਾਹ ਵਾਂਗੂ ਨਰਮ ਨਹੀਂ ਹੋਣਾ ਉਹ ਬੰਦੇ ਨੇ। ਫਿਰ ਇਸ ਕਰਕੇ ਇਹੋ ਜਿਹੇ ਬੰਦਿਆਂ ਨੂੰ ਆਪਾਂ ਕੀ ਕਰਨਾ? ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਮਹਾਰਾਜ ਕਥਨ ਕਰਦੇ ਮੂਰਖ ਸਰੇੜੇ ਚ ਸਾਰੇ ਔਗੁਣ ਨੇ ਜੋ ਸਦਾ ਹੀ ਵਿਨਾਸ਼ ਨਾਸ ਕਰਨ ਵਾਲੇ ਬਚਨਾਂ ਨੂੰ ਬੋਲਦਾ। ਅਥਵਾ ਕਹਿੰਦੇ ਮੂਰਖ ਦੇ ਵਿੱਚ ਕੀ ਗੁਣ ਹੁੰਦਾ ਮਹਾਰਾਜ? ਕਹਿੰਦੇ ਬੋਲੇ ਸਦਾ ਵਿਨਾਸ਼। ਆਮ ਆਪਾਂ ਪੰਜਾਬੀ ਦੀ ਕਹਾਵਤ ਬੋਲਦੇ ਹਾਂ, ਕਹਿੰਦੇ ਮੁਰਦਾ ਬੋਲੂ ਖੱਫੜ ਫਾੜੂ। ਉਹ ਕਹਿੰਦੇ ਮਹਾਰਾਜ ਕਹਿੰਦੇ ਜਦ ਮੂਰਖ ਆਦਮੀ ਬੋਲੂ ਨਾ ਵਿਨਾਸ਼ ਦੀ ਗੱਲ ਕਰੂ, ਕੋਈ ਚੰਗੀ ਗੱਲ ਨਹੀਂ ਕਰਦਾ, ਸਿਆਣੀ ਗੱਲ ਕਦੇ ਵੀ ਨਹੀਂ ਕਰਨੀ ਮੂਰਖ ਆਦਮੀ ਨੇ। ਮਹੱਲਾ ਪਹਿਲਾ। ਹੁਣ ਸਵੈ ਸਰੂਪ ਨਾਲ ਜੀਵ ਦੀ ਮਿਲਾਉਣੀ ਕਿਵੇਂ ਹੁੰਦੀ ਆ? ਆਪਣੇ ਸਰੂਪ ਨਾਲ, ਜਿਹਦੀ ਆਪਾਂ ਕਈ ਦਿਨ ਤੋਂ ਸ਼ਾਮ ਦੀ ਕਥਾ ਚ ਵੀ ਸੁਣਦੇ ਆ ਰਹੇ ਹਾਂ, ਰੈਵਲਾਰ ਨੂੰ ਉਪਦੇਸ਼ ਕੀਤਾ। ਇੱਕ ਸਰੂਪ ਤਾਂ ਉਹ ਹੈ ਜਿਹੜਾ ਆਪਣਾ ਸਰੀਰ ਹੈ, ਇੱਕ ਆਪਣੇ ਅੰਦਰ ਆਤਮਾ ਹੈ, ਆਤਮਾ ਹੀ ਆਪਣਾ ਅਸਲੀ ਸਰੂਪ ਹੈ। ਤਾਂ ਮਹਾਰਾਜ ਕਹਿੰਦੇ ਪਹਿਲਾਂ 11 ਦ੍ਰਿਸ਼ਟਾਂਤ ਦਿੰਦੇ ਆ, ਫਿਰ ਅਖੀਰ ਤੇ ਉੱਤਰ ਦੇਵਾਂਗੇ ਇਹਦਾ। ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਕਹਿਹੇ ਦਾ ਭਾਂਡਾ ਟੁੱਟ ਜਾਵੇ ਤਾਂ ਠਠਿਆਰ ਅੱਗ ਦਾ ਸੇਕ ਦੇ ਕੇ ਜੋੜ ਪਾ ਦਿੰਦਾ ਉਹਦੇ ਵਿੱਚ, ਪਹਿਲੀ ਗੱਲ ਤਾਂ ਕਹਿੰਦੇ ਇਹ। ਸੋਨੇ ਦਾ ਗਹਿਣਾ ਟੁੱਟ ਜਾਵੇ ਤਾਂ ਸੁਨਿਆਰਾ ਅਗਨੀ ਦਾ ਤਾ ਦੇ ਕੇ ਉਹਦੇ ਵਿੱਚ ਗੰਢ ਪਾ ਦਿੰਦਾ, ਜੋੜ ਦਿੰਦਾ ਉਹਨੂੰ ਟੁੱਟੇ ਸੋਨੇ ਨੂੰ। ਲੋਹਾ ਟੁੱਟ ਜਾਵੇ ਤਾਂ ਲੁਹਾਰ ਅੱਗ ਦਾ ਸੇਕ ਦੇ ਕੇ ਉਹਦੀ ਗੰਢ ਪਾ ਦਿੰਦਾ, ਜੋੜ ਸਕਦਾ ਉਹਨੂੰ। ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ। ਕਹਿੰਦੇ ਗੋਰੀ ਤੋਂ ਭਾਵ ਹੁੰਦਾ ਇਸਤਰੀ, ਇਸਤਰੀ ਤੋਂ ਭਾਵ ਹੁੰਦਾ ਪਤਨੀ, ਨਾਲੋਂ ਪਤਾਰ ਪਤੀ ਦੀ ਪ੍ਰੀਤੀ ਟੁੱਟ ਜਾਵੇ ਤਾਂ ਸੰਸਾਰਕ ਸੰਬੰਧ ਵਿੱਚ ਪੁੱਤਰ ਦੇ ਹੋਣ ਨਾਲ ਉਹਨਾਂ ਦੀ ਆਪਸ ਵਿੱਚ ਪ੍ਰੀਤੀ ਪੈਦਾ ਹੋ ਜਾਂਦੀ। ਇਹ ਪੁਰਾਣੀਆਂ ਚੀਜ਼ਾਂ ਚੱਲੀਆਂ ਆ ਰਹੀਆਂ ਗੁਰਬਾਣੀ ਦੇ ਰਾਹੀਂ। ਰਾਜਾ ਮੰਗੈ ਦਿੱਤੈ ਗੰਢ ਪਾਏ, ਭੁੱਖਿਆਂ ਗੰਢ ਪਵੈ ਜਾਂ ਖਾਏ। ਜਦ ਰਾਜਾ ਕੋਈ ਪਦਾਰਥ ਮੰਗੇ ਤਾਂ ਉਹਨੂੰ ਦਿੱਤੇ ਉਹਨਾਂ ਪ੍ਰੀਤੀ ਪੈ ਜਾਂਦੀ ਹੈ ਰਾਜੇ ਨਾਲ। ਜਿਵੇਂ ਕੋਈ ਰਾਜਾ ਆਪਦੀ ਫੌਜ ਸਮੇਤ ਗਿਆ ਜੰਗਲ ਚ ਸ਼ਿਕਾਰ ਖੇਡਣ, ਇੰਨੀ ਤੇਜ਼ ਘੋੜਾ ਦੌੜਾਇਆ ਹਰਨ ਦੇ ਪਿੱਛੇ, ਦੌੜਿਆ ਹੀ ਗਿਆ, ਫੌਜ ਕਿਤੇ ਹੋਰ ਲੰਘ ਗਈ ਗਲਤ ਰਸਤੇ, ਰਾਜਾ ਕਿਤੇ ਹੋਰ ਗਾਹਾਂ ਜੰਗਲ ਤੋਂ ਅੱਗੇ ਝੋਂਪੜੀਆਂ ਜਿਹੀਆਂ ਆ ਗਈਆਂ, ਉੱਥੇ ਇੱਕ ਹੜ੍ਹ ਵਾਹੁੰਦਾ ਸੀ ਬੰਦਾ, ਰਾਜੇ ਦਾ ਬੁਰਾ ਹਾਲ ਹੋ ਗਿਆ। ਜੇਠ ਹੜ੍ਹ ਦੇ ਮਹੀਨੇ ਚ ਰਾਜੇ ਨੂੰ ਇੰਨੀ ਪਿਆਸ ਲੱਗੀ ਬੇਹੋਸ਼ ਹੁੰਦਾ ਜਾਵੇ। ਉਹ ਕਹਿੰਦਾ ਉਹ ਭਾਈ ਮੈਨੂੰ ਪਾਣੀ ਪਿਆ ਦੇ। ਰਾਜਾ ਕਹਿੰਦਾ ਬਹਿੰਦਿਆਂ ਸਾਰ ਉਹ ਜ਼ਿਮੀਂਦਾਰ ਭੱਜ ਕੇ ਘੜਾ ਲਿਆਇਆ, ਚੱਕ ਕੇ ਲਓ ਜੀ ਜਿੰਨਾ ਮਰਜ਼ੀ ਪੀਓ। ਉਹਨੂੰ ਇਹ ਨਹੀਂ ਸੀ ਪਤਾ ਵੀ ਇਹ ਰਾਜਾ। ਜਦ ਰਾਜੇ ਨੇ ਰੱਜ ਕੇ ਪਾਣੀ ਪੀਤਾ, ਮੂੰਹ ਹੱਥ ਧੋਤੇ, ਕਹਿੰਦਾ ਬਈ ਸ਼ਾਂਤੀ ਆ ਗਈ, ਤੂੰ ਅੱਜ ਬਚਾ ਲੈਨੇ, ਮੈਂ ਮਰ ਜਾਣਾ ਸੀ। ਰਾਜੇ ਨੇ ਆਪਣੀ ਇੱਕ ਖਾਸ ਅੰਗੂਠੀ ਲਾ ਕੇ ਦੇਤੀ ਜ਼ਿਮੀਂਦਾਰ ਨੂੰ, ਕਹਿੰਦਾ ਆ ਲੈ ਅੰਗੂਠੀ, ਜਦ ਤੇਰਾ ਜੀ ਕਰੇ ਦਿਖਾ ਕੇ ਸਿੱਧਾ ਮਹਿਲਾਂ ਚ ਮੇਰੇ ਕੋਲ ਆ ਸਕਦਾ, ਜੋ ਮਰਜ਼ੀ ਲੈਣੀ ਫਿਰ ਮੇਰੇ ਪਾਸ। ਕਿਉਂਕਿ ਰਾਜੇ ਨੇ ਪਾਣੀ ਮੰਗਿਆ, ਪਾਣੀ ਦਿੱਤੇ, ਫਾਇਦਾ ਕਰ ਗਿਆ। ਆ ਮਾਈ ਨੇ ਜਦੋਂ ਸੱਤਵੇਂ ਪਾਤਸ਼ਾਹ ਨੂੰ ਯਾਦ ਕੀਤਾ, ਹੇ ਮਹਾਰਾਜ ਮੇਰੇ ਕੋਲ ਗਰੀਬਣੀ ਕੋਲ ਤਾਂ 2 ਪਰੌਂਠੇ ਹੀ ਨੇ, ਇਕੱਲੇ ਹੀ ਆਇਓ, ਜੇ ਤੁਸੀਂ ਹੋਰ ਕੋਈ ਲਿਆਓ, ਮੇਰੇ ਕੋਲ ਲੰਗਰ ਹੈ ਨਹੀਂ, ਮੇਰੇ ਕੋਲ 2 ਪਰੌਂਠੇ ਆ।
ਜਾਂ ਸੱਚੇ ਪਾਤਸ਼ਾਹ ਉਹਦੇ ਅੱਗੇ ਖੜੇ ਜਾ ਕੇ ਆਵਾਜ਼ ਦਿੱਤੀ, ਮਾਈ ਲਿਆ ਪਰੌਂਠੇ। ਮਾਈ ਬੜੀ ਖੁਸ਼ ਹੋਈ, ਮਹਾਰਾਜ ਆ ਗਏ। ਉਸ ਵਕਤ ਪਰੌਂਠੇ ਦਿੱਤੇ ਤਾਂ ਗੋਲ ਜੀ ਪੂਣੀ ਕਰਕੇ ਮਹਾਰਾਜ ਨੇ ਛਕ ਲਏ, ਔਰ ਵਰ ਕੀ ਦਿੱਤਾ? ਕਹਿੰਦੇ ਨਿਹਾਲ ਨਿਹਾਲ ਨਿਹਾਲ। ਤਰ ਗਈ ਮਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਰਾਜੇ ਨੂੰ ਜੇ ਮੰਗੇ ਕੋਈ ਚੀਜ਼ ਦੇ ਰਹੀ ਤਾਂ ਬਹੁਤ ਪ੍ਰਸੰਨ ਹੁੰਦਾ। ਰਾਜੇ ਨਾਲ ਮਿੱਤਰਤਾ ਇਉਂ ਪਾਈ ਦੀ, ਚੀਜ਼ ਦੇ ਕੇ, ਕੋਈ ਭੇਟਾ ਦੇ ਕੇ। ਇਸੇ ਤਰ੍ਹਾਂ ਪਾਤਸ਼ਾਹ ਨਾਲ ਜੇ ਭੁੱਖਾ ਬੰਦਾ ਹੋਵੇ ਜਾਂ ਰੋਟੀ ਆਦਿ ਕੋਈ ਪਦਾਰਥ ਖਾ ਲਵੇ ਤਾਂ ਭੁੱਖੇ ਪੁਰਸ਼ ਦੇ ਪ੍ਰਾਣਾਂ ਨਾਲ ਗੰਢ ਪੈ ਜਾਂਦੀ ਹੈ। ਕਿਉਂਕਿ ਭੁੱਖਾ ਬੰਦਾ ਜੇ ਮਰਦਾ ਮਰਦਾ ਜੇ ਉਹਨੂੰ ਰੋਟੀ ਮਿਲ ਜੇ ਤਾਂ ਉਹਦੀ ਗੰਢ ਕਾਹਦੇ ਨਾਲ ਪੈਂਦੀ? ਪ੍ਰਾਣਾਂ ਦੇ ਨਾਲ। ਕਾਲਾ ਗੰਢ ਨਦੀਆਂ ਮੀਂਹ ਝੋਲ, ਗੰਢ ਪ੍ਰੀਤੀ ਮਿੱਠੇ ਬੋਲ। ਕਹਿੰਦੇ ਦੁਕਾਲ ਦੀ ਸੁਕਾਲ ਨਾਲ ਤਾਂ ਗੰਢ ਪੈਂਦੀ ਹੈ ਜੇ ਇੰਨਾ ਮੀਂਹ ਵਸੇ ਕਿ ਜੋ ਨਦੀਆਂ ਝੋਲ ਕੇ ਉੱਠ ਕੇ ਉੱਛਲ ਕੇ ਵਗਣ ਲੱਗ ਪੈਣ। ਦੁਕਾਲ ਤੇ ਸੁਕਾਲ ਦੋ ਹੁੰਦੇ ਨੇ, ਇੱਕ ਤਾਂ ਖੋਟਾ ਕਾਲ ਪੈ ਜਾਣਾ, ਚਾਰੇ ਪਾਸੇ ਮੀਂਹ ਨਾ ਪਿਆ ਬਹੁਤ ਚਿਰ, ਜਿਵੇਂ ਅਫਰੀਕਾ ਦੇ ਵਿੱਚ ਕਈ ਵਾਰ ਸੋਕਾ ਪੈ ਜਾਂਦਾ, ਜੇ ਉੱਥੇ ਮੀਂਹ ਪੈ ਜਾਵੇ ਤਾਂ ਸੁਕਾਲ ਕਹਿੰਦੇ ਨੇ, ਨਦੀਆਂ ਉੱਛ ਉੱਛਲ ਕੇ ਚੱਲਦੀਆਂ। ਇਸੇ ਤਰ੍ਹਾਂ ਕਹਿੰਦੇ ਜੇ ਮਿੱਠੇ ਵਚਨ ਬੋਲਣਾ ਕਰੇ ਤਾਂ ਇਸ ਦੀ ਪ੍ਰੀਤੀ ਨਾਲ ਗੰਢ ਪੈ ਜਾਂਦੀ ਹੈ। ਹਰੇਕ ਨਾਲ ਮਿੱਠਾ ਬੋਲ ਬੋਲੋ, ਇਹਦਾ ਪਿਆਰ ਪੈਦਾ ਹੋ ਜਾਂਦਾ। ਵੇਦਾਂ ਗੰਢ ਬੋਲੇ ਸੱਚ ਕੋਏ, ਮੋਇਆ ਗੰਢ ਨੇਕੀ ਸੱਤ ਹੋਏ। ਜੇ ਕੋਈ ਸੱਚ ਨੂੰ ਬੋਲਣਾ ਕਰੇ ਤਾਂ ਉਹਦੀ ਵੇਦਾਂ ਦੇ ਧਾਰਮਿਕ ਗ੍ਰੰਥਾਂ ਦੇ ਸਿਧਾਂਤਾਂ ਨਾਲ ਗੰਢ ਪੈ ਜਾਂਦੀ ਸੱਚ ਬੋਲਣ ਵਾਲੇ ਦੀ। ਸੱਚੀ ਨੇਕੀ ਕੀਤੀ ਹੋਈ ਹੋਣ ਕਰਕੇ ਮੋਇਆ ਪੁਰਸ਼ਾਂ ਦੀ ਪਿੱਛੇ ਸੰਸਾਰ ਨਾਲ ਪ੍ਰੀਤੀ ਪੈ ਜਾਂਦੀ ਹੈ, ਭਾਵ ਉਹਦਾ ਨਾਮ ਰੌਸ਼ਨ ਹੁੰਦਾ, ਕਿਉਂਕਿ ਮਰਨ ਮਗਰੋਂ ਉਹਦੀ ਯਾਦਗਾਰ ਬਣੀ ਰਹਿੰਦੀ ਹੈ। ਜੇ ਬੰਦਾ ਜਿਉਂਦੇ ਜੀ ਚੰਗੇ ਕੰਮ ਕਰਜੇ ਨਾ ਤਾਂ ਬਾਅਦ ਵਿੱਚ ਰਹਿੰਦੀ ਦੁਨੀਆਂ ਤੱਕ ਉਹਦੀ ਯਾਦਗਾਰ ਲੋਕੀ ਬਣਾਈ ਰੱਖਦੇ। ਮੇਲੇ ਲੱਗਦੇ ਨੇ ਉੱਥੇ, ਪਰ ਉਹ ਮੇਲੇ ਨਹੀਂ ਜਿਹੜੇ ਆ ਹੁਣ ਲਾਉਣੇ ਵਿਸਾਖੀ ਤੇ, ਮੇਲਿਆਂ ਦੇ ਵਿੱਚ ਜੋ ਗੰਦ ਮੰਦ ਸਾਰਾ ਹੀ ਚੱਲਦਾ ਜਿਹੜਾ, ਇਹੋ ਜਿਹੇ ਥੋੜੇ ਘਟਾਓ। ਅਗੇ ਜੇ ਸਾਡਾ ਕਲਚਰ ਹੈ ਇਹੋ ਜਿਹੇ ਕਲਚਰ ਤੋਂ ਕੀ ਲੈਣਾ ਜਿੱਥੇ ਸਾਰਾ ਨਸ਼ਾ ਆਦਿਕ ਚੱਲਦਾ, ਹੋਰ ਮਾੜੀਆਂ ਚੀਜ਼ਾਂ ਚੱਲਦੀਆਂ ਹੋਣ। ਏਤ ਗੰਢ ਵਰਤੈ ਸੰਸਾਰ, ਮੂਰਖ ਗੰਢ ਪਵੈ ਮੋਹਿ ਮਾਰ। ਇਹਨਾਂ ਗੰਢਾਂ ਵਿੱਚ ਸਾਰਾ ਸੰਸਾਰ ਵਰਤ ਰਿਹਾ। ਮੂਰਖ ਪੁਰਸ਼ ਨਾਲ ਤਾਂ ਗੰਢ ਤਾਂ ਪੈਂਦੀ ਹੈ ਜਾਂ ਉਸ ਵੱਲੋਂ ਆਪਣਾ ਮੂੰਹ ਮਾਰ ਲਵੇ, ਥਾਤ ਉਹਦੇ ਵੱਲ ਆਪਣਾ ਮੂੰਹ ਕਦਾ ਚੇਤਨਾ ਕਰੇ। ਮੂਰਖ ਨਾਲ ਤਾਂ ਗੰਢ ਪੈਂਦੀ ਹੈ ਜੇ ਉਹਦੇ ਮੂੰਹ ਵਿੱਚ ਕੋਈ ਨਾ ਕੋਈ ਪਦਾਰਥ ਪਾ ਦਿਓ ਤਾਂ ਵੀ ਠੀਕ ਹੈ। ਮੂਰਖ ਨਾਲ ਤਾਂ ਗੰਢ ਪੈਂਦੀ ਜਦੋਂ ਮੂੰਹ ਦੇ ਉੱਤੇ ਡੰਡਾ ਮਾਰੋ ਤਾਂ ਫਿਰ ਠੀਕ ਰਹਿੰਦਾ। ਉਹ ਕਿਵੇਂ? ਜਦ ਮਹਾਰਾਜ ਜੀ ਮਾਛੀਵਾੜੇ ਵਾਲੇ ਜੰਗਲਾਂ ਚ ਆ ਕੇ ਹਲੇ ਆਏ ਸੀ ਨਿਕਲ ਕੇ ਉਧਰੋਂ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਝਾੜੀਆਂ ਦੇ ਵਿੱਚ ਬੈਠੇ, ਇੱਕ ਉੱਥੇ ਮੱਝਾਂ ਗਾਵਾਂ ਚਰਾਉਣ ਵਾਲਾ ਰਾਹਕ ਜਿਹਾ ਆ ਗਿਆ। ਉਹ ਦੂਜੇ ਨੂੰ ਕਹਿੰਦਾ, ਉਹ ਦੇਖ ਸਿੱਖਾਂ ਦਾ ਗੁਰੂ ਆ ਗਿਆ, ਆਪਾਂ ਫੜਾਉਂਦੇ ਹਾਂ ਇਹਨੂੰ, ਪੈਸੇ ਲੈਂਦੇ ਹਾਂ। ਮਹਾਰਾਜ ਕਹਿੰਦੇ, ਚੁੱਪ, ਰੌਲਾ ਨਹੀਂ ਪਾਉਣਾ। ਤੇ ਉਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਆਹ ਖੰਜਰ ਲੈ ਲਾ, ਇਹਨੂੰ ਹੀਰੇ ਮੋਤੀ ਲੱਗੇ ਹੋਏ ਨੇ, ਲੈ ਲਾ। ਉਹ ਫੇਰ ਵੀ ਨਾ ਮੰਨਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਇਹ ਹੁਣ ਦੂਜੀ ਪੰਗਤੀ ਜਿਹੜੀ ਆ ਨਾ, ਪੰਗਤੀ ਅਨੁਸਾਰ ਤਿੰਨੇ ਅਰਥ ਮਹਾਰਾਜ ਨੇ ਉੱਥੇ ਕਰ ਲਏ। ਕਿਹੜੇ ਕਿਹੜੇ? ਸਤਿਗੁਰੂ ਮਹਾਰਾਜ ਕਹਿੰਦੇ, ਮੂਰਖ ਨਾਲ ਗੰਢ ਤਾਂ ਪੈਂਦੀ ਹੈ ਜੇ ਉਹਦੇ ਮੂੰਹ ਚ ਕੋਈ ਪਦਾਰਥ ਪਾ ਦਈਏ, ਜਾਂ ਤਾਂ ਉਹਦੇ ਵੱਲੋਂ ਮੂੰਹ ਹੀ ਬੰਦ ਕਰ ਲਓ, ਜਾਂ ਪਦਾਰਥ ਪਦਾਰਥ ਲੈ ਕੇ ਤਾਂ ਮੰਨਿਆ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਰਿਆ ਤੈਨੂੰ ਮੈਂ ਹੋਰ ਮੋਹਰਾਂ ਦੇਵਾਂ, ਜਦ ਉਰਿਆ ਤੇਰੇ ਕੰਨ ਚ ਗੱਲ ਦੱਸਾਂ, ਜਾਂ ਨੇੜੇ ਹੋਇਆ ਇੱਕ ਥੱਪੜ ਮਾਰਿਆ ਕੱਸ ਕੇ ਜ਼ੁਬਾਨ ਹੀ ਬੰਦ ਹੋ ਗਈ ਉਹਦੀ। ਮਹਾਰਾਜ ਕਹਿੰਦੇ, ਜਾ ਬੋਲ ਲੈ ਹੁਣ, ਰੌਲਾ ਪਾ ਲਾ ਆਪਣਾ। ਜੇ ਸਤਿਗੁਰੂ ਚਾਹੁਣ ਤਾਂ ਫਿਰ ਸਾਰਾ ਕੁਛ ਹੀ ਕਰ ਲੈਂਦੇ ਨੇ। ਨਾਨਕ ਆਖੈ ਇਹੋ ਵਿਚਾਰ। ਗੁਰੂ ਨਾਨਕ ਸਾਹਿਬ ਕਹਿੰਦੇ, ਹੁਣ ਮੈਂ ਤੁਹਾਨੂੰ ਵਿਚਾਰ ਦੱਸਾਂ ਰੱਬ ਨਾਲ ਗੰਢ ਕਿਵੇਂ ਪੈਂਦੀ ਹੈ। ਕਹਿੰਦੇ, ਇਹ ਤਾਂ ਗੰਢਾਂ ਸੀ ਸੰਸਾਰ ਸੰਸਾਰ ਦੀਆਂ। ਮਹਾਰਾਜ ਫਿਰ ਰੱਬ ਨਾਲ ਪ੍ਰੀਤੀ, ਗੰਢ ਦਾ ਮਤਲਬ ਹੁੰਦੀ ਪ੍ਰੀਤੀ ਕਿਵੇਂ ਪਾਈਏ? ਸਿਫਤੀ ਗੰਢ ਪਵੈ ਦਰਬਾਰ। ਮਹਾਰਾਜ ਕਹਿੰਦੇ, ਸਿਫਤੀ ਪਰਮਾਤਮਾ ਦੇ ਦਰਬਾਰ ਸਰੂਪ ਨਾਲ ਗੰਢ ਤਾਂ ਪੈਂਦੀ, ਮਿਲਾਉਣੀ ਤਾਂ ਹੁੰਦੀ ਜੇ ਉਹਦੇ ਸਿਫਤ ਕਰੀ ਜਾਵੇ। ਮੂਲ ਮੰਤਰ ਪੜ੍ਹੋ, ਜਾਪ ਸਾਹਿਬ ਪੜ੍ਹੋ, ਜਪਜੀ ਸਾਹਿਬ ਪੜ੍ਹੋ, ਉਹ ਸੁਖਮਨੀ ਸਾਹਿਬ ਦਾ ਪਾਠ ਕਰੋ, ਬਾਣੀ ਪੜ੍ਹੋ, ਤਾਂ ਪਰਮਾਤਮਾ ਦੇ ਨਾਲ ਪਿਆਰ ਪੈਦਾ ਹੋ ਜਾਂਦਾ। ਸਮਾਪਤੀ ਕਰਦਿਆਂ ਹੋਏ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਪੌੜੀ ਵਿੱਚ, ਗੁਰੂ ਨਾਨਕ ਦੇਵ ਦੀ ਪੌੜੀ ਹੈ। ਆਪੇ ਕੁਦਰਤ ਸਾਜ ਕਹਿ ਆਪੇ ਕਰੇ ਵਿਚਾਰ। ਆਪਣੀ ਕੁਦਰਤ ਦੁਆਰਾ ਜਗਤ ਨੂੰ ਬਣਾ ਕੇ ਆਪ ਹੀ ਜੀਵਾਂ ਦੇ ਖਾਣ ਪੀਣ ਪਹਿਰਨ ਦੀ, ਇਹਨਾਂ ਨੂੰ ਪਾਲਣ ਦੀ ਮਾਰਨ ਦੀ ਸਾਰੇ ਹਿਸਾਬ ਕਿਤਾਬ ਰੱਖਦਾ, ਇਹਨਾਂ ਦੇ ਕਰਮਾਂ ਦੀ ਵਿਚਾਰ ਕਰਦਾ। ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ। ਇੱਕ ਖੋਟੇ ਬੰਦੇ ਆ, ਇੱਕ ਖਰੇ ਬੰਦੇ ਆ, ਬਣਾਏ ਚੰਗੇ ਸਾਰੇ ਆਪ ਹੀ ਬਣਾਏ ਨੇ, ਬਣਾਏ ਆਪ ਹੀ ਨੇ, ਪਰ ਉਹਨਾਂ ਖੋਟਿਆਂ ਦੇ ਖਰਿਆਂ ਦੀ ਪਰਖ ਕਰਨ ਵਾਲਾ ਵੀ ਆਪ ਹੀ ਹੈ। ਖਰੇ ਖਜ਼ਾਨਾ ਪਾਈਆ ਹੈ, ਖੋਟੇ ਸੱਟੀਆ ਹੈ ਬਾਹਰ ਵਾਰ। ਚੰਗਿਆਂ ਗੁਰਮੁਖਾਂ ਨੂੰ ਸਰੂਪ ਰੂਪੀ ਖਜ਼ਾਨੇ ਚ ਪਾ ਲੈਂਦਾ, ਸੱਚਖੰਡ ਚ ਪ੍ਰਵਾਨ ਕਰ ਲੈਂਦਾ, ਸੰਗਤ ਚ ਲਿਆ ਕੇ।
ਅਤੇ ਖੋਟਿਆ ਮਨਮੁਖਾਂ ਨੂੰ ਆਪਣੇ ਦਰਵਾਜ਼ੇ ਤੋਂ ਬਾਹਰ ਬਾਹਰ ਸੁੱਟਦਾ ਭਾਵ 84 ਦੇ ਗੇੜੇ ਚ ਪਾ ਦਿੰਦਾ। ਖੋਟੇ ਸੱਚੀ ਦਰਗਾਹ ਸੁੱਟੀ ਹੈ ਕਿਸ ਆਗਾ ਕਰਹਿ ਪੁਕਾਰ। ਜਦ ਖੋਟੇ ਮਨਮੁਖ ਸੱਚੀ ਦਰਗਾਹ ਚ ਸੁੱਟੇ ਗਏ ਤਾਂ ਫਿਰ ਕਿਹਦੇ ਅੱਗੇ ਪੁਕਾਰ ਕਰਨ ਜਦੋਂ ਰੱਬ ਨੇ ਹੀ ਧੱਕਤੇ ਜਿਹੜੇ ਬੰਦੇ ਕਿੱਥੇ ਪੁਕਾਰ ਕਰਨੀ ਜਾ ਕੇ ਉਹਨਾਂ ਨੇ। ਹੋਰ ਤਾਂ ਮਹਾਰਾਜ ਕਹਿੰਦੇ ਕਿਸੇ ਨੇ ਬਖਸ਼ਣਾ ਹੀ ਨਹੀਂ ਉਹਨਾਂ ਨੂੰ। ਸਤਿਗੁਰ ਪਿੱਛੇ ਭੱਜ ਪਵੈ ਇਹ ਕਰਨੀ ਸਾਰ। ਕਹਿੰਦੇ ਇਹਦਾ ਤਰੀਕਾ ਤੁਹਾਨੂੰ ਦੱਸ ਦਿੰਦੇ, ਜਿਹੜਾ ਪੂਰਨ ਸਤਿਗੁਰਾਂ ਦੇ ਪਿੱਛੇ ਭੱਜ ਕੇ ਪੈ ਜਾਣ, ਦੌੜ ਕੇ ਪੈ ਜਾਓ ਚਰਨੀ, ਕਹਿੰਦੇ ਉਹਨਾਂ ਲਈ ਇਹੀ ਕਰਨੀ ਸ੍ਰੇਸ਼ਟ ਹੈ ਸਾਰਿਆਂ ਨਾਲੋਂ। ਜੇ ਸਤਿਗੁਰੂ ਕੀ ਕਰਨਗੇ ਫਿਰ ਸਾਨੂੰ, ਅਸੀਂ ਤਾਂ ਬਹੁਤੇ ਖੋਟੇ ਹਾਂ ਮਹਾਰਾਜ ਸੱਚੇ ਪਾਤਸ਼ਾਹ, ਸਾਨੂੰ ਤਾਂ ਖੋਟੇ ਜਾਣ ਕੇ ਰੱਬ ਨੇ ਉੱਤੋਂ ਸਿੱਟਤਾ ਖਜ਼ਾਨੇ ਚੋਂ। ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ। ਸਤਿਗੁਰ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਰਨਗੇ, ਖੋਟਿਆਂ ਤੋਂ ਖਰੇ ਕਰ ਦਿੰਦੇ ਭਾਈ, ਕਿਉਂਕਿ ਗੁਰਾਂ ਦਾ ਜਿਹੜਾ ਉਪਦੇਸ਼ ਹੈ ਉਹ ਅੰਤਹਿ ਕਰਨ ਦੇ ਨਾਲ ਸਵਾਰਨ ਵਾਲਾ। ਗੁਰਾਂ ਦਾ ਉਪਦੇਸ਼ ਅੰਤਹਿ ਕਰਨ ਨੂੰ ਅੰਦਰੋਂ ਸਵਾਰ ਦਿੰਦਾ। ਸਤਿਗੁਰੂ ਜੀ ਸਾਨੂੰ ਖੋਟਿਆਂ ਨੂੰ ਖਰੇ ਬਣਾ ਦੇਣਗੇ, ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਖੋਟਿਓ ਖਰੇ ਕਰੇ। ਇੱਕ ਵਾਰ ਸੁਥਰੇ ਸ਼ਾਹ ਲੱਗ ਗਿਆ, ਕਿਉਂਕਿ ਹਾਸੇ ਵਾਲਾ ਮਖੌਲ ਵਾਲਾ ਬੜਾ ਸੀ। ਮਹਾਰਾਜ ਵੀ ਕੁਛ ਨੀ ਕਹਿੰਦੇ, ਅੰਦਰੋਂ ਰੰਗਿਆ। ਇਹ ਤਿੰਨ ਚਾਰ ਚਾਂਦੀ ਦੇ ਰੁਪਈਏ ਲੈ ਕੇ ਮਹਾਰਾਜ ਚਰਨਾਂ ਨੂੰ ਲਾ ਲਾ ਕੇ ਫੇਰ ਫੜ ਕੇ ਦੇਖੇ, ਫੇਰ ਲਾ ਦਿੱਤੇ। ਉਹ ਮਹਾਰਾਜ ਕਹਿੰਦੇ ਸੁਥਰੇ ਸ਼ਾਹ ਤੂੰ ਬਾਰ ਬਾਰ ਆ ਚਰਨਾਂ ਨੂੰ ਸਾਡੇ ਨੂੰ ਕੀ ਲਾਈ ਜਾਂਦਾ ਰੁਪਈਏ ਜੇ? ਕਹਿੰਦਾ ਮਹਾਰਾਜ ਖੋਟੇ ਆ ਜੀ ਇਹ। ਕਹਿੰਦੇ ਫਿਰ ਅਸੀਂ ਕੀ ਕਰੀਏ? ਕਹਿੰਦਾ ਮੈਂ ਤਾਂ ਦੇ ਬਾਣੀ ਚ ਲਿਖਿਆ ਸਤਿਗੁਰੂ ਖੋਟਿਓ ਖਰੇ ਕਰੇ। ਕਹਿੰਦਾ ਮੈਂ ਥੋੜੇ ਨਾਲ ਲਾ ਲਾ ਕੇ ਦੇਖਦਾ ਵੀ ਇਹ ਖੋਟੇ ਜਿਹੜੇ ਠੀਕ ਹੋ ਜਾਣਗੇ। ਮਹਾਰਾਜ ਹੱਸ ਕੇ ਕਹਿੰਦੇ ਉਰੇ ਕਰ ਲਿਆ, ਚਾਰ ਚਾਂਦੀ ਦੇ ਰੁਪਈਏ ਲੈ ਕੇ ਚਾਰ ਸੋਨੇ ਦੀਆਂ ਮੋਹਰਾਂ ਦੇਤੀਆਂ, ਕਹਿੰਦੇ ਲੈ ਫੜ। ਸਤਿਗੁਰੂ ਮਹਾਰਾਜ ਨੂੰ ਪਰਖਦਾ ਨਾ, ਆ ਲੈ ਫੜ। ਇਸੇ ਕਰਕੇ ਮਹਾਰਾਜਾ ਰਣਜੀਤ ਸਿੰਘ ਤੁਰੇ ਜਾ ਰਹੇ, ਜਦੋਂ ਆਪਣੇ ਸਵਾਰੀ ਤੇ ਹਾਥੀ ਤੇ ਬੈਠੇ, ਇੱਕ ਮਾਈ ਤਵਾ ਲੈ ਕੇ ਖੜੀ, ਐਂ ਕਰੀ ਜਾਵੇ ਤਵੇ ਨੂੰ, ਰਾਜੇ ਵੱਲ ਨੂੰ। ਉਹ ਕਹਿੰਦੇ ਆ ਮਾਈ ਤਵਾ ਕਰਦੀ, ਪੁੱਛੋ ਇਹਨੂੰ ਕੀ ਗੱਲ ਹੈ। ਮਾਤਾ ਕੀ ਗੱਲ, ਤੂੰ ਤਵਾ ਐਂ ਕਰੀ ਜਾਂਦੀ ਆ? ਕਹਿੰਦੀ ਮੈਨੂੰ ਜੀ ਕਿਸੇ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਪਾਰਸ ਦੀ ਵੱਟੀ ਆ, ਜੇ ਲੋਹੇ ਨੂੰ ਵੀ ਹੱਥ ਲਾ ਦੇ ਸੋਨਾ ਬਣ ਜਾਂਦਾ। ਕਹਿੰਦੇ ਸਮਝ ਗਿਆ ਸਮਝ ਗਿਆ। ਉਹਨੇ ਇੰਨੀਆਂ ਮੋਹਰਾਂ ਕੱਢੀਆਂ ਮਾਈ ਨੂੰ ਦੇ ਦਿੱਤੀਆਂ, ਕਹਿੰਦਾ ਤਵੇ ਦੇ ਮੁੱਲ ਜਿੰਨੀਆਂ ਮੋਹਰਾਂ ਲੈ ਲਾ, ਬਰਾਬਰ ਤੋਲਤੀਆਂ ਉਸ ਵਕਤ। ਇਸ ਕਰਕੇ ਸਤਿਗੁਰ ਤਾਂ ਪ੍ਰਤੱਖ ਵੀ ਖੋਟਿਆਂ ਨੂੰ, ਆ ਰੁਲਿਆਂ ਫਿਰਦਿਆਂ ਨੂੰ ਆਪਾਂ ਨੂੰ ਲੋਕ ਕਹਿੰਦੇ ਸ਼ੂਦਰ ਹੈ। ਦਸਵੇਂ ਪਾਤਸ਼ਾਹ ਨੇ ਕਿਰਪਾ ਕੀਤੀ, ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਆਪਾਂ ਖੋਟਿਆਂ ਨੂੰ ਖਰੇ ਬਣਾਤਾ। ਪਰ ਇਹ ਖਰੇ ਇਹੋ ਜਿਹੇ ਭੈੜੇ ਮੁੜ ਮੁੜ ਕੇ ਖੋਟੇ ਬਣਦੇ ਜਾਂਦੇ ਫੇਰ। ਇਹ ਤਾਂ ਹੁਣ ਸਤਿਗੁਰੂ ਕੀ ਕਰਨ ਜੇ? ਹੁਣ ਕਬੀਰ ਸਤਿਗੁਰ ਸੱਚਾ ਕਿਆ ਕਰੇ, ਜੋ ਸਿੱਖਾਂ ਮੈਂ ਚੂਕ ਅੰਧੇ ਇੱਕ ਨਾ ਲੱਗ ਗਏ, ਜਿਉਂ ਬਾਂਸ ਵਜਾਈ ਹੈ ਫੂਕ। ਸੱਚੀ ਦਰਗਹਿ ਮੰਨੀਆਂ ਨੇ ਗੁਰ ਕਹਿ ਪ੍ਰੇਮ ਪਿਆਰ। ਜੋ ਪਿਆਰਿਆਂ ਗੁਰਾਂ ਨਾਲ ਪ੍ਰੇਮ ਕਰਦੇ ਉਹ ਸੱਚੀ ਦਰਗਾਹ ਵਿੱਚ ਮੰਨੇ ਜਾਂਦੇ, ਉੱਥੇ ਜਾ ਕੇ ਬੜੀ ਇੱਜ਼ਤ ਮਿਲਦੀ ਹੈ, ਬਹੁਤ ਪ੍ਰਕਾਰ ਦੀ ਸਤਿਗੁਰੂ ਦੀ ਕਿਰਪਾ ਹੁੰਦੀ ਹੈ। ਗਣਤ ਤਿੰਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ। ਉਹਨਾਂ ਗੁਰਮੁਖਾਂ ਦੀ ਗਿਣਤੀ ਕੋਈ ਕੀ ਕਰ ਸਕਦਾ ਜਿਨ੍ਹਾਂ ਨੂੰ ਕਰਤਾਰ ਨੇ ਅੱਜ ਤੱਕ ਬਖਸ਼ਿਆ, ਅੱਜ ਤੱਕ ਰੱਬ ਨੇ ਇੰਨੇ ਬੰਦੇ ਬਖਸ਼ੇ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਕਹਿੰਦੇ ਗਿਣਤੀ ਤਾਂ ਨਹੀਂ ਮੈਂ ਤੁਹਾਨੂੰ ਦੱਸ ਸਕਦਾ, ਪਰ ਤੁਹਾਨੂੰ ਮੈਂ ਰਾਹ ਦੱਸਦਾ ਵੀ ਜੇ ਆਪਾਂ ਖੋਟੇ ਹਾਂ ਤਾਂ ਸਿੱਟੇ ਧਰਤੀ ਤੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਗੁਰੂ ਨਾਲ ਜੁੜ ਕੇ ਆਪਾਂ ਵੀ ਬਾਣੀ ਪੜ੍ਹ ਕੇ ਉਪਦੇਸ਼ ਲੈ ਕੇ ਖੋਟਿਆਂ ਤੋਂ ਖਰੇ ਬਣ ਜਾਈਏ, ਆਪਾਂ ਯਤਨ ਕਰੀਏ ਖਰੇ ਬਣ ਕੇ ਫਿਰ ਗੁਰੂ ਦੇ ਖਜ਼ਾਨੇ ਚ ਪੈ ਕੇ ਸੱਚਖੰਡ ਚ ਪ੍ਰਵਾਨ ਹੋ ਜਾਈਏ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ 12ਵਾਂ ਸ਼ਬਦ ਤੱਕ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਪਾਵਨ ਪਵਿੱਤਰ ਉਪਦੇਸ਼ ਨੂੰ ਹਰ ਵਕਤ ਕਮਾਉਂਦੇ ਰਹੀਏ। ਇਹ ਉਪਦੇਸ਼ ਹੈ ਗੁਰੂ ਦਾ ਜਿਹਨੂੰ ਆਪਾਂ ਸ਼੍ਰਵਣ ਕਰਕੇ, ਜਿਹੜਾ ਆਪਾਂ ਚੀਜ਼ਾਂ ਕਦੇ ਵੀ ਨਹੀਂ ਸੁਣੀਆਂ। ਕੀ ਕਹਿਣਾ, ਦੋ ਚਾਰ ਗੁਰਮੁਖ ਸਟੀਕ ਪੜ੍ਹਦੇ ਹੋਣਗੇ ਘਰੇ ਬਹਿ ਕੇ, ਪਰ ਇਹ ਚੀਜ਼ਾਂ ਆਪਾਂ ਕਦੇ ਵੀ ਨਹੀਂ ਸੁਣੀਆਂ। ਉਹ ਗੁਰੂ ਨਾਨਕ ਸਾਹਿਬ ਨੇ ਦੱਸੀਆਂ ਆਪਾਂ ਨੂੰ ਸਾਰੀਆਂ। ਧੰਨ ਗੁਰੂ ਨਾਨਕ ਦੇਵ ਜੀ ਨੇ ਪਾਵਨ ਉਪਦੇਸ਼ ਦਿੱਤਾ। ਉਪਦੇਸ਼ ਨੂੰ ਕਮਾਈਏ ਤੇ ਆਪਣੇ ਜੀਵਨ ਨੂੰ ਸਫਲਾ ਕਰੀਏ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।